दुल्ला जम्मन वालिए जमया लोहे दी लठ मैं इलियास कुमन ते मेरे नाल साडे बहुत वड्डे लोक गायक फजल जट साहब बैठे ने ते असी अज याद ताज़ा कर रहे हैं दुल्ला पट्टी शहीद दी। दुल्ला पट्टी ओ सूरमा सी जिन्हें जने दी जनियाई नू एक नवा ही मुहांदरा दिता सी ते जिदों ओ जमद ते पूरे पंजाब दे विच एक पट्टियां दा नाम ही रोशन करता है। हालां ओ जिस घर दा ओ पुत्तर सी ओदा प्यो भी शहीद कर दिता गया सी ओदा दादा भी शहीद कर दिता गया सी ते ओदे जम्मण बारे फजल जट साहब कोई बोल ही सानू सुना दिओ। ओ लद्दी बारां दिन बाद जम्या पिंडी पट्टियां दा सुल्तान सान चढ़ी तलवार लद्दी फड़ लई बल्ले पुत रखिया विच मैदान वाह जी वाह दित्ती गुड़ती चंद्र वंशी नू बल्ले अब्दुल्ला रखिया नाम बहुत अच्छे अज तो मुगलां नू लगान असी देवांगे कीता लद्दी चुक इलान बके मलकेरे दा सिर लावेगा मेरा हो के पुत जवान। जबरदस्त चीज जबरदस्त तुसी वेखो साडा ये लोक फनकार वो जो हुंदा जिहड़ा धरती की गल करदा है धरती दे लोकां दी गल करदा है। अज जदों असी एक दुल्ले पट्टी जे वड्डे शहीद की गल करने आ ते सानू उहदे सारे ही जिंदगी दा हर पक्ष ही बड़ा सोहना लगता है। जदों निक्का जिहा बाल हुंदा है फिर थोड़ा जिहा उम्र हो के मुंडा एक उस शक्ल विच हुंदा है तो बड़ा शरारती भी हुंदा है वह घड़े भी पाउंदा है वह आल दुआल विच फिरदा टुरदा भी है ते मां नू बड़ा ही डर हुंदा है। मां डरदी है कि नहीं अइए जवान नहीं होया अइए इहदे ते किसे दी नज़र ना लग जावे ते ओ जिहड़ा वेला है ओ सानू बड़ा ही ओहदियां बहादरियां शरारतां और छोटे मोटे कम्मां दियां बहुत सारियां गल्लां साडे सामने आउंदियां ने ते ओहदे बारे भी साडा लोक फनकार फजल जट की सानू दसदा है। हो सांदल पट्टी बिजली खानवे हाफस मक्के दा पढ़दा कुरान ए दूर दराडे उदा रौला हो पट्टी पक्का साहब इमान। वाह भाई वाह लोक दास्तान दे विच ए वे हाँ जी के जदों सांदल पट्टी हाँ जी हज करन गया हाँ जी ते ओ उस वेले ऊंठां ते ते हाँ जी हाँ जी जमीनी जिहड़ियां सवारियां चलदियां सन जानदारों दे ते सफर हुंदा सी जी हां ਇਹ ਵਾਪਸ ਆਏ ਹਾਂ ਜੀ ਉਧਰੋਂ ਨੌਬਤ ਵਜਣੀ ਸ਼ੁਰੂ ਹੋਈ ਐਲਾਨ ਹੈ ਐਲਾਨ ਹੈ ਐਲਾਨ ਹੈ ਆਖਿਆ ਜੀ ਕਿਸ ਚੀਜ਼ ਦਾ ਐਲਾਨ ਆਖਿਆ ਜੀ ਅੱਜ ਤੋਂ ਕਾਨੂੰਨੇ ਅਕਬਰੀ ਦੀਨੇ ਅਕਬਰੀ ਦੇ ਨਾਂ ਤੋਂ ਪੂਰੇ ਹਿੰਦ ਤੇ ਨਾਫਸ ਕੀਤਾ ਜਾਂਦਾ ਹੈ ਤੇ ਜਿਹੜਾ ਜਿਹੜਾ ਇਸ ਕਾਨੂੰਨ ਨੂੰ ਨਾ ਮੰਨੇਗਾ ਉਹਦੀ ਖੱਲ ਉਤਾਰਨ ਦਾ ਪੱਕਾ ਫਰਮਾਨ ਹੈ। ਸਾਂਦਲ ਪੱਟੀ ਕਿਉਂਕਿ ਉਹ ਨਵਾਂ ਨਵਾਂ ਮੱਕੇ ਤੋਂ ਹੋ ਕੇ ਆਇਆ ਸੀ ਉਹ ਸਾਖਿਆ ਹੋਏ ਗੱਲ ਸੁਣੋ ਤੁਸੀਂ ਕਿਹੜਾ ਤੁਸੀਂ ਦੀਨ ਬਣਾ ਲਿਆ ਉਹਨਾਂ ਆਖਿਆ ਜੀ ਕਿ ਇਹ ਇਹ ਉਹ ਸ਼ਿਕਾਂ ਆਈਆਂ ਨੇ ਜੀ ਅਕਬਰ ਬਾਦਸ਼ਾਹ ਦੀਆਂ ਕਾਨੂੰਨੇ ਅਕਬਰੀ ਬਕਾਇਦਾ ਕਿਤਾਬ ਛਪੀ ਉਹ ਤੁਹਾਨੂੰ ਪਤਾ ਹੈ ਨਾ ਜੱਟ ਸਾਹਿਬ ਉਹ ਤੇ ਆਪ ਅਨਪੜ੍ਹ ਸੀ ਅਕਬਰ ਬਾਦਸ਼ਾਹ ਉਹਨੂੰ ਅਬੂਲ ਫਜ਼ਲ ਜਿਹੜਾ ਉਹ ਪੁੱਠੇ ਪਾਸੇ ਲਾਂਦਾ ਸੀ ਇਹ ਅਬੂਲ ਫਜ਼ਲ ਦੀ ਸਾਰੀ ਸ਼ਰਾਰਤ ਹੈ ਔਰ ਮੈਂ ਸਮਝਣਾ ਕਿ ਪੰਜਾਬ ਦੀ ਤਾਰੀਖ ਨੂੰ ਚੇਂਜ ਕਰਨ ਵਿੱਚ ਅਬੂਲ ਫਜ਼ਲ ਨੇ ਕੋਈ ਐਸੀ ਮੈਂ ਸਮਝਣਾ ਕਿ ਕੋਈ ਢੱਬ ਐਸੀ ਨਹੀਂ ਛੱਡੀ ਜਿਹਦੇ 'ਚ ਬੰਦਾ ਰਿੜ ਕੇ ਆਪੇ ਨਾ ਜਾ ਪਵੇ।
ਵੇਖੋ ਜੀ, ਇਹ ਐਡੇ ਵੱਡੇ ਸਾਡੀ ਹਿਸਟਰੀ ਦੇ, ਸਾਡੀ ਤਾਰੀਖ ਦੇ, ਇਹ ਪੂਰੇ ਖਾਨਦਾਨ ਦੇ ਵੇ ਸੂਰਮੇ ਹੋਏ ਨੇ। ਜਿਵੇਂ ਇਹ ਦੱਸਦੇ ਨੇ ਪਏ ਕਿ ਸੰਤਲ ਬਾ ਜਿਹੜਾ ਵੇ ਉਹ ਆਪਣੇ ਵੇਲੇ ਦਾ ਪੱਟੀ ਬੜਾ ਵੱਡਾ ਸੂਰਮਾ ਸੀ, ਫਿਰ ਉਹਦਾ ਪੁੱਤਰ ਫਰੀਦ ਪੱਟੀ ਉਹ ਆਪਣੇ ਵੇਲੇ ਦਾ ਬੜਾ ਵੱਡਾ ਸੂਰਮਾ ਸੀ। ਅਸੀਂ ਦੁੱਲੇ ਭੱਟੇ ਦੀ ਗੱਲ ਤੋਂ ਆਉਣ ਤੋਂ ਪਹਿਲਾਂ ਉਹਦੇ ਪਿਓ ਅਤੇ ਦਾਦੇ ਬਾਰੇ ਵੀ ਇੱਕ ਦੋ ਬੋਲ ਸੁਣਨਾ ਚਾਹਾਂਗੇ। ਹਾਂਜੀ, ਉਹ ਜਦੋਂ ਸਾਂਦਲ ਭੱਟੀ ਨੇ ਉਸ ਦਸਤੇ ਨੂੰ ਆਖਿਆ ਕਿ ਬਈ ਤੁਸੀਂ ਵਾਪਸ ਜਾਓ, ਇਹ ਲਗਾਨ ਲਗੂਨ ਤਾਂ ਅਸੀਂ ਅੱਗੇ ਵੀ ਦਿੰਦੇ ਹੀ ਆ ਰਹੇ ਹਾਂ, ਅਤੇ ਉਹਦੇ 'ਚ ਹੈਗਾ ਕਿ ਇਹ ਨਵਾਂ ਕਾਨੂੰਨ ਸਾਡੇ 'ਤੇ ਮੁਸੱਲਤ ਨਾ ਕਰੋ। ਉਹਨਾਂ ਨੇ ਨਾ ਮੰਨਿਆ, ਬੱਕੇ ਮਲਕੇਰੇ ਦੀ ਇੱਕ ਹਾਕਮੀਅਤ ਸੀ, ਉਹਨੇ ਇੱਕ ਦਸਤੇ ਨੂੰ ਆਖਿਆ ਕਿ ਜ਼ਰਾ ਜਿਹੜਾ ਨਹੀਂ ਮੰਨਦਾ ਜ਼ਰਾ ਇਹਨਾਂ ਨੂੰ ਜ਼ਰਾ ਖਿੱਚੋ ਧਰੂ ਠੀਕ ਕਰੋ, ਸ਼ਾਹੀ ਤਰੀਕਾ ਹੈ। ਅਤੇ ਉਹਨਾਂ ਨੇ ਖਿੱਚਣ ਧਰੂਣ ਦੀ ਕੋਸ਼ਿਸ਼ ਕੀਤੀ, ਅਤੇ ਉਹ ਸਾਂਦਲ ਭੱਟੀ ਆਪਣੇ ਜਿਹੜੇ 94 ਜਵਾਨ ਸਨ ਨਾ ਪਿੰਡਾਂ ਦੇ, ਉਹਨਾਂ ਨੂੰ ਲੈ ਕੇ ਅਤੇ ਉਹ ਪੈ ਗਏ। ਔਰ ਤਾਰੀਖ ਦੱਸਦੀ ਹੈ ਕਿ ਜੰਗੇ ਰਾਵੀ ਹੋਇਆ, ਇਸ ਯੁੱਧ ਦਾ ਨਾਂ ਤਾਰੀਖ ਨੇ ਜੰਗੇ ਰਾਵੀ ਲਿਖਿਆ, ਔਰ ਇਹ ਜੰਗੇ ਰਾਵੀ ਸਾਂਦਲ ਭੱਟੀ ਨੇ ਜਿੱਤ ਲਿਆ। ਵਾਹ, ਮੇਰਾ ਅੱਬਾ ਆਖਦਾ ਸੀ ਕਿ ਸਾਂਦਲ ਭੱਟੀ ਅਸਲ ਸੂਰਮਾ ਸੀ ਕਿ ਜਿਹਨੇ ਮੱਥਾ ਲਾਇਆ ਸੀ, ਸ਼ੁਰੂ ਕੀਤਾ ਜਿਹਨੇ ਕੰਮ। ਜਦੋਂ ਇਹ ਜੰਗ ਜਿੱਤ ਗਿਆ ਤੇ ਹਰ ਪਾਸੇ ਰੌਲਾ ਪੈ ਗਿਆ ਕਿ ਜੀ ਉਹ ਜੀ ਸਾਂਦਲ ਭੱਟੀ ਨੇ ਜੀ ਚੁੱਕ ਕੇ ਤੇ ਸਾਰਿਆਂ ਨੂੰ ਜਿਹੜਾ ਨਾ ਉਹ ਪਾਰ ਕਰ ਦਿੱਤਾ। ਉਹ ਟੈਕਨੀਕ ਬੜੀ ਅੱਛੀ ਲੜਾਈ ਸੀ। ਮੇਰੇ ਵਾਲਦ ਸਾਹਿਬ ਦਾ ਪੂਰਾ ਜੰਗ ਦਾ ਮੰਜ਼ਰਨਾਮਾ ਬਿਆਨ ਕਰਦੇ ਨੇ। ਇਹ ਵਾਲਦ ਆਸ਼ਕ ਜੱਟ ਸਾਹਿਬ ਦੀ ਗੱਲ ਪੇ ਕਰਦੇ ਨੇ, ਉਹਨਾਂ ਦੇ ਸਾਹਿਬਜ਼ਾਦੇ। ਹਾਂਜੀ, ਉਹਨਾਂ ਨੇ ਕੀ ਕੀਤਾ ਕਿ ਸਾਂਦਲ ਪੱਟੀ ਦੀ ਇੱਕ ਬੜੀ ਖੂਬਸੂਰਤ ਫਸਲ ਜਿਹੜੀ ਪੰਜਾਬ ਦੇ ਨਾਲ ਨਾਲ ਲੱਗੀ, ਉਸ ਬਾਂਸ ਦੀ ਫਸਲ। ਹਾਂਜੀ ਹਾਂਜੀ, ਇਹ ਸਾਂਦਲ ਪੱਟੀ ਦੀ ਇੱਕ ਐਸੀ ਫਸਲ ਸੀ, ਮੈਂ ਸਮਝਣਾ ਕਿ ਜਿਹਨੇ ਸਾਂਦਲ ਪੱਟੀ ਦੀ ਫੌਜ ਨੂੰ ਮਜ਼ਬੂਤ ਕਰ ਦਿੱਤਾ। ਉਹਨਾਂ ਨੇ ਵਿੱਚੋਂ ਬਾਂਸ ਕਰ ਦਿੱਤੇ ਖੋਖਲੇ। ਵਾਹ, ਅਤੇ ਬੰਦਿਆਂ 94 ਜਵਾਨਾਂ ਨੂੰ ਆਖਿਆ ਕਿ ਜਦੋਂ ਹਮਲਾ ਆਵੇ ਮੁਗਲਾਂ ਦਾ ਤੇ ਤੁਸੀਂ ਪਾਣੀ ਦੇ ਵਿੱਚ ਬਹਿ ਜਾਓ ਤੇ ਵਿੱਚ ਬਹਿ ਕੇ ਸਾਹ ਲਵੋ, ਪਤਾ ਨਾ ਲੱਗੇ ਥੱਲੇ ਨੇ ਕਿ ਥੱਲੇ ਨੇ। ਉਹ ਜਦੋਂ ਇੱਕ ਦਸਤਾ ਆਇਆ, ਉਹ ਜਿਹੜੇ ਪਾਣੀ 'ਚ ਬਹਿ ਕੇ ਸਾਹ ਲੈ ਰਹੇ ਸਨ ਉਹ ਉੱਠ ਕੇ ਵਿੱਚੋਂ ਪੈ ਗਏ, ਤਾਰੂ ਸਨ ਸਾਰੇ। ਅਤੇ ਇੱਧਰੋਂ ਜਨਾਨੀਆਂ ਬੀਬੀਆਂ ਬੱਚੇ ਹਿੰਦੂ ਮੁਸਲਿਮ ਨਵਾਂ ਨਵਾਂ ਪ੍ਰਵਾਨ ਚੜ੍ਹ ਰਿਹਾ ਸੀ, ਇਹਨਾਂ ਨੇ ਰਲ ਕੇ ਤੇ ਜਦੋਂ ਹਮਲਾ ਕੀਤਾ ਫੂਕਣੀਆਂ ਤੇ ਥਪਾਕੜਿਆ ਨਾਲ, ਤੇ ਮੁਗਲਾਂ ਦੀ ਦੌੜ ਲੱਗ ਗਈ ਤੇ ਰੌਲਾ ਪੈ ਗਿਆ ਜੀ, ਜੰਗੇ ਰਾਵੀ ਜੀ ਸਾਂਦਲ ਭੱਟੀ ਨੇ ਜਿੱਤ ਲਿਆ। ਇਹਦੇ ਬਸ ਦਿੱਲੀਓਂ ਇੱਕ ਪਰਵਾਨਾ ਜਾਰੀ ਹੋਇਆ ਕਿ ਰਿਆਇਆ ਦੇ ਨਾਲ ਜੰਗ ਨਹੀਂ ਕਰਨੀ ਚਾਹੀਦੀ, ਤੇ ਕਿਸਾਨਾਂ ਵਾਸਤੇ ਮੁਜ਼ਾਕਰਾਤ ਦਾ ਇੱਕ ਦਰਵਾਜ਼ਾ ਖੋਲ ਦਿੱਤਾ ਗਿਆ, ਤੇ ਸਿਰਫ ਅਕਬਰ ਬਾਦਸ਼ਾਹ ਦਾ ਜਿਹੜਾ ਮੋਹਰੀ ਲਾਹੌਰ ਦੇ ਵਿੱਚ ਬੈਠਾ ਹੈ ਉਹਦੇ ਕੋਲ ਜਾਣਾ ਪਏਗਾ, ਤੇ ਸ਼ਾਹੀ ਕਿਲੇ ਜਾ ਕੇ ਆਪਣਾ ਹਾਲ ਸੁਣਾਉਣਾ ਪਏਗਾ। ਹਾਂਜੀ ਹਾਂਜੀ, ਸਾਂਦਲ ਭੱਟੀ ਨੇ ਤਿਆਰੀ ਕੀਤੀ। ਜਦੋਂ ਜਾਣ ਲੱਗਾ ਤੇ ਉਹਦਾ ਪੁੱਤ ਫਰੀਦ ਪੱਟੀ, ਉਦੋਂ ਤਕਰੀਬਨ ਬਾਲ ਹੀ ਸੀ, ਤੇ ਫਰੀਦ ਪੱਟੀ ਦੇ ਸਿਰ ਤੇ ਸਾਂਦਲ ਪੱਟੀ ਨੇ ਪੱਗ ਬੰਨੀ, ਓ ਪੱਗ ਬੰਨਣਾ ਪਾਕ ਇਮਾਮ ਵਾਲੀ। ਖੈਰ, ਇਹ ਬੜਾ ਲੰਮਾ ਚੌੜਾ ਇੱਕ ਮਜ਼ਮੂਨ ਹੈ। ਪੱਗ ਬੰਨ ਦਿੱਤੀ, ਪੱਗ ਬੰਨ ਕੇ ਜਿਹੜੇ ਵੇਲੇ ਸਾਂਦਲ ਪੱਟੀ ਗਿਆ ਤੇ ਲਾਹੌਰ ਕਿਲ੍ਹੇ ਦੇ ਵਿੱਚ ਪਤਾ ਨਹੀਂ ਕੀ ਹੋਇਆ, ਇੱਥੇ ਤਾਰੀਖ ਖਾਮੋਸ਼ ਹੈ, ਕਿਉਂਕਿ ਅਬੁਲ ਫਜ਼ਲ ਨੇ ਲਿਖਣਾ ਨਹੀਂ ਚਾਹਿਆ। ਅਗਰ ਉਹ ਲਿਖਦਾ ਤਾਂ ਜ਼ਰੂਰ ਪਤਾ ਚੱਲਦਾ ਕਿ ਸਾਂਦਲ ਪੱਟੀ ਦਾ ਮੁਜ਼ਾਕਰਾਤ ਦੀ ਟੇਬਲ 'ਤੇ ਸਿਰ ਕਿਵੇਂ ਲਾਇਆ ਗਿਆ। ਗੱਲ ਤਾਂ ਜੱਟ ਸਾਹਿਬ ਇਹ ਵੇ ਕਿ ਬਾਦਸ਼ਾਹ ਜਿਹੜਾ ਵਕਤ ਦਾ ਹੁੰਦਾ ਨਾ, ਉਹਦੇ ਲਈ ਬਗਾਵਤ ਜਾਂ ਨਾਬਰੀ ਉਹ ਉਹਨੂੰ ਕਾਬਲੇ ਕਬੂਲ ਹੀ ਨਹੀਂ ਹੁੰਦੀ। ਉਹ ਹੁਣ ਹਰ ਹਾਲ ਚਾਹੁੰਦਾ ਸੀ ਕਿ ਕੋਈ ਜਿਹੜਾ ਇੱਥੇ ਰਵੇ ਹੀ ਨਾ, ਜਿਹੜਾ ਮੇਰੇ ਅੱਗੇ ਬੋਲਣ ਵਾਲਾ। ਬਹੁਤ ਵਧੀਆ ਗੱਲ ਹੈ, ਲੇਕਿਨ ਉਹ ਮੈਦਾਨ ਵਿੱਚ ਨਾ ਨਾ ਮਾਰਿਆ ਗਿਆ, ਸਾਂਦਲ ਪੱਟੀ ਧੋਖਾ ਦੇ ਕੇ ਮਾਰਿਆ, ਧੋਖਾ ਦੇ ਕੇ ਮੁਜ਼ਾਕਰਾਤ ਦੀ ਟੇਬਲ ਤੇ ਮਾਰਿਆ ਗਿਆ। ਹਾਂਜੀ ਹਾਂਜੀ, ਔਰ ਪਿੰਡੀ ਪੱਟੀਆਂ ਦੇ ਵਿੱਚ ਉਹਦੀ ਲਾਸ਼ ਭੇਜ ਦਿੱਤੀ ਗਈ ਇੱਕ ਬੋਰੇ ਵਿੱਚ ਬੰਦ ਕਰਕੇ। ਹਾਂਜੀ ਹਾਂਜੀ, ਉਹ ਲਾਸ਼ ਜਦੋਂ ਦੀਵਾਨ ਖਾਨੇ ਆਈ ਸਾਂਦਲ ਪੱਟੀ ਦੇ, ਉਹਦਾ ਪੁੱਤਰ ਮਾਸੂਮ ਫਰੀਦ ਪੱਟੀ ਆਪਣੇ ਬਾਪ ਦੇ ਤਖ਼ਤ 'ਤੇ ਬਿਰਾਜਮਾਨ ਸੀ, ਲੋਕ ਵੀ ਬੈਠੇ ਸਨ, ਤੇ ਉਹਨੇ ਪੁੱਛਿਆ ਕਿ ਇਹ ਬੋਰੀ ਦੇ ਵਿੱਚ ਕੀ ਹੈ। ਉਹਨੂੰ ਪਤਾ ਹੀ ਨਹੀਂ। ਸਿਪਾਹੀਆਂ ਨੇ ਆਖਿਆ ਕਿ ਅਕਬਰ ਬਾਦਸ਼ਾਹ ਦੇ ਵੱਲੋਂ ਕੋਈ ਤੋਹਫੇ ਨੇ ਜਿਹੜੇ ਤੁਹਾਡੇ ਲਈ ਲੈ ਕੇ ਆਇਆ। ਉਹ ਸੁਣਨ ਵਾਲਿਓ ਲੋਕੋ, ਜਦੋਂ ਫਰੀਦ ਪੱਟੀ ਨੇ ਉਹ ਬੰਦ ਬੋਰੀ ਦਾ ਮੂੰਹ ਖੋਲਿਆ ਤੇ ਉਹਦੇ ਵਿੱਚ ਉਹਦੇ ਬਾਪ ਸਾਂਦਲ ਸੀ, ਰਾਜਪੂਤ ਦਾ ਖੂਨ ਉਬਲਣ ਲੱਗ ਪਿਆ, ਮਾਸੂਮ ਫਰੀਦ ਪੱਟੀ ਨੇ ਇਹੋ ਜਿਹੀ ਭਬਕ ਮਾਰੀ ਕਿ ਮੁਗਲਾਂ ਦੇ ਸਿਪਾਹੀ ਦੀਵਾਨ ਖਾਨਾ ਛੱਡਣ ਤੇ ਮਜਬੂਰ ਹੋ ਗਏ। ਕਈ ਵਰੇ ਫਰੀਦ ਪੱਟੀ ਵੀ ਲੜਦਾ ਰਿਹਾ, ਆਖਿਰਕਾਰ ਬਾਗੀ ਕਰਾਰ ਦੇ ਦਿੱਤਾ। ਅਲੀ ਜਾ ਫਰੀਦ ਪੱਟੀ ਦਾ ਜਿਹੜਾ ਦੁਰਾਨੀਆ ਹੈ, ਇਹਦੇ ਵਿੱਚ ਚਨਿਓਟ ਤੋਂ ਬੜੀ ਵੱਡੀ ਮਦਦ ਆਈ, ਇਸ ਲਈ ਕਿ ਉਹ
ਇਹਦੀ ਮਾਂ ਜਿਹੜੀ ਚਨਿਓੜਦੀ ਸੀ ਦੁੱਲੇ ਪੱਟੀ ਦੀ ਔਰ ਰਹਿਮਤ ਖਾਨ ਇਹਦੇ ਮਾਮੇ ਸਨ ਹਾਂ ਰਹਿਮਤ ਖਾਨ ਦੀ ਉਹ ਭੈਣ ਸੀ ਹਾਂਜੀ ਰਹਿਮਤ ਖਾਨ ਹੋਰਾਂ ਨੇ ਆਪਣੀ ਬਰਾਦਰੀ 'ਚ ਬੈਠ ਕੇ ਫੈਸਲਾ ਕੀਤਾ ਹਾਂਜੀ ਕਿ ਅੱਜ ਨਹੀਂ ਤੇ ਕੱਲ ਕਿਤੇ ਸਾਡਾ ਵੀਰ ਬੱਗਾ ਸ਼ੇਰ ਕਾਬੂ ਨਾ ਆ ਜਾਏ ਕਿਉਂਕਿ ਫਰੀਦ ਪੱਟੀ ਨੂੰ ਬੱਗਾ ਸ਼ੇਰ ਆਖਣ ਲੱਗ ਪਈ ਦੁਨੀਆ ਤੇ ਆਪਸ ਵਿੱਚ ਬੈਠ ਕੇ ਫੈਸਲਾ ਕੀਤਾ ਕਿ ਇਸ ਬਾਗੀ ਨੂੰ ਕੋਈ ਰਿਸ਼ਤਾ ਦਿਓ ਤਾਂ ਕਿ ਨਸਲ ਅੱਗੇ ਚੱਲ ਸਕੇ ਸਾਂਦਲ ਪੱਟੀ ਦੀ ਵਾਹ ਜੀ ਵਾਹ ਸਾਰੇ ਲੋਕਾਂ ਨੇ ਧੌਣਾ ਸੁੱਟ ਦਿੱਤੀਆਂ ਕਈ ਰਿਸ਼ਤੇਦਾਰਾਂ ਜਿਹਦੇ ਵਿੱਚ ਬਰਕਤ ਪੱਟੀ ਜਿਹਦੇ ਵਿੱਚ ਜਲਾਲ ਪੱਟੀ ਜਿਹਦੇ ਵਿੱਚ ਉਹਦੀਆਂ ਭੈਣਾਂ ਜਵਾਨ ਬੈਠੀਆਂ ਸਨ ਆਖਿਆ ਦੀ ਅਸੀਂ ਨਹੀਂ ਕਰਨਾ ਰਹਿਮਤ ਖਾਨ ਪਰੇ ਦੇ ਵਿੱਚ ਉੱਠਿਆ ਤੇ ਆਖਿਆ ਇਸ ਬਾਗੀ ਨੂੰ ਰਿਸ਼ਤਾ ਮੈਂ ਦੇ ਬਹੁਤ ਔਰ ਆਪਣੀ ਭੈਣ ਲੱਦੀ ਨੂੰ ਮੈਂ ਇਹਦੇ ਨਾਲ ਵਿਆਹਾਂਗਾ ਲੱਦੀ ਦੇ ਕੋਲੋਂ ਜਿਹੜੇ ਵੇਲੇ ਪੁੱਛਿਆ ਗਿਆ ਕਿ ਹਾਂ ਵੀ ਲੱਦੀਏ ਤੂੰ ਇੱਕ ਬਾਗੀ ਨਾਲ ਵਿਆਹ ਕਰੇਂਗੀ ਉਸ ਆਖਿਆ ਮੈਂ ਬਾਗੀ ਨਾਲ ਨਹੀਂ ਮੈਂ ਪੰਜਾਬ ਦੇ ਪੁੱਤ ਨਾਲ ਵਿਆਹ ਕਰਾਂਗੀ ਔਰ ਮੈਂ ਬੜੀ ਦਲੇਰ ਹੋਈ ਕੱਲੀ ਬਹਿ ਕੇ ਦੁਆਵਾਂ ਕਰਦੀ ਸਾਂ ਕਿ ਕਿਸੇ ਤਰੀਕੇ ਨਾਲ ਇਸ ਆਜ਼ਾਦੀ ਦੀ ਲੜਾਈ 'ਚ ਮੈਂ ਵੀ ਰਲ ਜਾਵਾਂ ਤੇ ਸ਼ਾਇਦ ਮੇਰਾ ਖੂਨ ਇਹਦੇ 'ਚ ਰਲ ਜਾਏ ਲੱਦੀ ਦੀ ਤੇ ਰਹਿਮਤ ਖਾਨ ਨੇ ਬੱਗੇ ਸ਼ੇਰ ਦੀ ਸ਼ਾਦੀ ਚਨਿਓਟ ਵਿੱਚ ਕੀਤੀ ਹਾਂਜੀ ਹਾਂਜੀ ਔਰ ਇਹਦੀਆਂ ਕੋਈ ਖੁਸ਼ੀਆਂ ਨਾ ਮਨਾਈਆਂ ਗਈਆਂ ਕਿਉਂਕਿ ਇਹ ਅੰਦਰ ਦੇ ਖਾਨੇ ਵਿਆਹ ਹੋਇਆ ਅੰਦਰ ਦੇ ਖਾਨੇ ਸ਼ਾਦੀ ਹੋਈ ਕਿਉਂਕਿ ਬਾਦਸ਼ਾਹ ਜੋ ਮਗਰ ਲੱਗਾ ਸੀ ਉਹਦੀਆਂ ਫੌਜਾਂ ਸਾਰੇ ਇਹਨਾਂ ਦੇ ਪਿੱਛੇ ਸਨ ਤੇ ਇਹ ਕਹਾਣੀ ਅੱਗੇ ਚੱਲਦੀ ਏ ਜਿਵੇਂ ਇਹਨਾਂ ਦੱਸਿਆ ਕਿ ਸਾਂਦਲ ਪੱਟੀ ਨੂੰ ਇੱਕ ਧੋਖੇ ਵਿੱਚ ਬੁਲਾ ਕੇ ਬਾਦਸ਼ਾਹ ਜਿਹੜਾ ਉਹ ਮਰਵਾ ਦਿੰਦਾ ਔਰ ਉਹਦੀ ਲਾਸ਼ ਇੱਕ ਬੋਰੀ 'ਚ ਪਾ ਕੇ ਭੇਜ ਦਿੱਤੀ ਜਾਂਦੀ ਹੈ ਉਹ ਵੀ ਇੱਕ ਕਿਸਮ ਦਾ ਅਗਲੇ ਨੂੰ ਇੱਕ ਜਿਵੇਂ ਨੋਟਿਸ ਦੇਣਾ ਹੁੰਦਾ ਭਾਈ ਤੁਸੀਂ ਨਾਬਰੀ ਨਹੀਂ ਬਗਾਵਤ ਨਹੀਂ ਕਰਨੀ ਸਾਡੇ ਅੱਗੇ ਉੱਚਾ ਨਹੀਂ ਬੋਲਣਾ ਵਕਤ ਦੇ ਬਾਦਸ਼ਾਹ ਨੂੰ ਅਗਰ ਅਬੂ ਅਲ ਫਜ਼ਲ ਕਹਿ ਰਿਹਾ ਕਿ ਆਈਨੇ ਅਕਬਰੀ ਮੁਜਬ ਸਜਦਾ ਕਰਨਾ ਵਾਜਬ ਹੋ ਗਿਆ ਤਾਂ ਤੁਸੀਂ ਵੀ ਕਰੋ ਸਜਦਾ ਲੇਕਿਨ ਜਿਹੜਾ ਇੱਕ ਪੱਕੇ ਪੈਰਾਂ 'ਤੇ ਇੱਕ ਹੁੰਦਾ ਬੰਦਾ ਉਹ ਪੰਜਾਬ ਦਾ ਇੱਕ ਸੂਰਮਾ ਉਹ ਕਿਉਂ ਸਜਦਾ ਕਰਦਾ ਉਹਨੂੰ ਹੁਣ ਵਾਰੀ ਆ ਗਈ ਦੁਬਾਰਾ ਉਹਦੇ ਦੇ ਬੱਚੇ ਦੀ ਯਾਨੀ ਉਹਦੇ ਸਾਂਦਲ ਪੱਟੀ ਦੇ ਮੁੰਡੇ ਫਰੀਦ ਪੱਟੀ ਦੀ ਹੁਣ ਉਹਦੀ ਵੀ ਉਸੇ ਤਰ੍ਹਾਂ ਹੀ ਸ਼ਹਾਦਤ ਹੁੰਦੀ ਹੈ ਉਹਦੀ ਦੋ ਗੱਲਾਂ ਹਾਂਜੀ ਬਿਲਕੁਲ ਜੀ ਫਰੀਦ ਪੱਟੀ ਨੇ ਬੇੜਾ ਖੂਬ ਚੁੱਕਿਆ ਬਾਪ ਦਾ ਬਹੁਤ ਚੁੱਕ ਕੇ ਲੜਿਆ ਖੂਬ ਲੜਿਆ ਉਹਦੀ ਸਭ ਤੋਂ ਵੱਡੀ ਬਹਾਦਰੀ ਇਹ ਸੀ ਕਿ ਉਹ ਕਾਬੂ ਨਾ ਆਇਆ ਉਹ ਜਿੱਧਰੋਂ ਕਿਉਂਕਿ ਉਸ ਵੇਲੇ ਕਾਬਲ ਦਾ ਜਿਹੜਾ ਰਸਤਾ ਸੀ ਨਾ ਉਹ ਜਾਂਦਾ ਸੀ ਇੱਥੋਂ ਲੰਘ ਕੇ ਪੰਜਾਬ ਦੇ ਵਿੱਚੋਂ ਅਤੇ ਉਸ ਵੇਲੇ ਦੀਨੇ ਅਕਬਰੀ ਜ਼ਾਹਿਰ ਅਨਾਊਂਸਮੈਂਟ ਹੋ ਗਿਆ ਸੀ ਕੋਈ ਪੰਡਿਤ ਕੋਈ ਗੱਲ ਕਰਦਾ ਕਿਸੇ ਮੁਸਲਮਾਨ ਦੇ ਖਿਲਾਫ਼ ਉਹਨੂੰ ਵੀ ਫੜ ਲਿੱਤਾ ਜਾਂਦਾ ਕੋਈ ਮੁਸਲਮਾਨ ਕਿਸੇ ਹੋਰ ਦੇ ਖਿਲਾਫ਼ ਕਰਦਾ ਉਹਨੂੰ ਵੀ ਫੜ ਲਿੱਤਾ ਜਾਂਦਾ ਇਸੇ ਤਰ੍ਹਾਂ ਹਰ ਮਜ਼ਹਬ ਦੇ ਜਿਹੜੇ ਚੁਣਵੇਂ ਚੁਣਵੇਂ ਲੋਕ ਗ੍ਰਿਫਤਾਰ ਕੀਤੇ ਜਾਂਦੇ ਅਤੇ ਉਹਨਾਂ ਨੂੰ ਕਾਬਲ ਜਾ ਕੇ ਵੇਚੀ ਜਾਂਦਾ ਅਤੇ ਇਹਦੇ ਵਜੋਂ ਉੱਥੋਂ ਕੋਈ ਨਸ਼ੇ ਪਾਣੀ ਦੀਆਂ ਚੀਜ਼ਾਂ ਲਿਆਈਆਂ ਜਾਂਦੀਆਂ ਕਿਉਂਕਿ ਇਹ ਵੀ ਤੇ ਪਿੱਛੋਂ ਉਹ ਉੱਥੋਂ ਹੀ ਸਨ ਨਾ ਸਾਰੇ ਫਰਗਾਨਾ ਤੋਂ ਇਹਦੀ ਨਸਲ ਆਈ ਸੀ ਬਾਬਰ ਜਦੋਂ ਆਇਆ ਨਾ ਉਹ ਫਰਗਾਨਾ ਦਾ ਇੱਕ ਛੋਟਾ ਜਿਹਾ ਇਲਾਕਾ ਸੀ ਉੱਥੇ ਉਹਨੂੰ ਅੱਜ ਕੱਲ੍ਹ ਕਹਿ ਰਹੋ ਕਿ ਉਹ ਏਰੀਆ ਜਿਹੜਾ ਉਹ ਤੁਰਕਸਤਾਨ ਦੇ ਵਿੱਚ ਆਉਂਦਾ ਉਹ ਏਰੀਆ ਜਿਹੜਾ ਨਾ ਬਿਲਕੁਲ ਠੀਕ ਹੈ ਜੀ ਅਤੇ ਇਹ ਇਹਨਾਂ ਨੇ ਉੱਥੋਂ ਉਹ ਮੰਗਵਾਉਣਾ ਕਰਨਾ ਫਰੀਦ ਪੱਟੀ ਨੇ ਉਹ ਕਾਫਲੇ ਲੁੱਟ ਲੈਣੇ ਕਰਨੇ ਤੇ ਮਾਲ ਗਰੀਬਾਂ ਦੇ ਵਿੱਚ ਤਕਸੀਮ ਕਰ ਦੇਣਾ ਕਰਦਾ ਇਸ ਵਾਸਤੇ ਉਹਦਾ ਨਾਂ ਬੱਗਾ ਸ਼ੇਰ ਪੈ ਗਿਆ ਵਾਹ ਜੀ ਵਾਹ ਬੱਗੇ ਸ਼ੇਰ ਦੀ ਜਦੋਂ ਸ਼ਾਦੀ ਹੋਈ ਤੇ ਰੱਬ ਨੇ ਉਹਨੂੰ ਆਸ ਲਾ ਦਿੱਤੀ ਵਾਹ ਵਾਹ ਲੇਕਿਨ ਵੇਖੋ ਇੱਥੇ ਮੈਂ ਜ਼ਰੂਰ ਥੋੜ੍ਹਾ ਜਿਹਾ ਗੌਰ ਚਾਹਾਂਗਾ ਆਪਣੇ ਪੰਜਾਬ ਦੇ ਸਿਰਫ ਰਹਿਣ ਵਾਲੇ ਲੋਕ ਹੀ ਨਹੀਂ ਬਲਕਿ ਜਿਹੜੇ ਦੂਰ ਦੁਰਾਡੇ ਰਹਿੰਦੇ ਹੋ ਉਹ ਵੀ ਗੌਰ ਨਾਲ ਵੇਖੋ ਕਿ ਇੱਕ ਤਾਂ ਡਰਾਇਆ ਗਿਆ ਸੀ ਨਾ ਕਿ ਜੇ ਤੁਸੀਂ ਇਹ ਬੋਰੀ 'ਚ ਲਾਸ਼ ਭੇਜ ਦਿੱਤੀ ਤਾਂ ਮੇਰੇ ਅੱਗੇ ਸਿਰ ਝੁਕਾਓ ਹੁਣ ਵੇਖੋ ਉਸ ਤੋਂ ਵੱਡਾ ਇੱਕ ਹਊਆ ਬੱਕੇ ਮਲਕੇਰੇ ਨੇ ਸਜਾ ਦਿੱਤਾ ਕਿ ਉੱਧਰੋਂ ਲੱਦੀ ਮਾਂ ਨੂੰ ਨੌਵਾਂ ਮਹੀਨਾ ਲੱਗਾ ਹਾਂਜੀ ਉਧਰੋਂ ਰਾਵੀ ਦੀ ਚੱਲ ਦੇ ਵਿੱਚੋਂ ਜਲਾਲ ਪੱਟੀ ਨੇ ਮੁਕਬਰੀ ਕੀਤੀ ਕਿ ਇਹ ਫਰੀਦ ਪੱਟੀ ਦਰਿਆ ਦੀ ਚੱਲ ਦੇ ਵਿੱਚ ਜੇ ਕਿਉਂਕਿ ਜਲਾਲ ਪੱਟੀ ਵੀ ਰਿਸ਼ਤੇਦਾਰ ਸੀ ਇਹਨੇ ਉਹ ਮੁਕਬਰੀ ਕਰਕੇ ਤੇ ਫਰੀਦ ਪੱਟੀ ਨੂੰ ਗ੍ਰਿਫਤਾਰ ਕਰਵਾ ਦਿੱਤਾ ਫਰੀਦ ਪੱਟੀ ਗ੍ਰਿਫਤਾਰ ਹੋਇਆ ਉਹਨੂੰ ਲਾਹੌਰ ਲਿਆਂਦਾ ਗਿਆ ਔਰ ਅੱਜ ਜਿਹੜੀਆਂ ਚਾਰ ਬੁਰਜੀਆਂ ਨੇ ਇਹਦੇ ਉੱਤੇ ਉਹਨੂੰ ਮਾਰ ਕੇ ਉਹਨੂੰ ਸ਼ਹੀਦ ਕਰਕੇ ਉਹਨੂੰ ਕਤਲ ਕਰਕੇ ਉਹਦੀ ਲਾਸ਼ ਟੰਗ ਦਿੱਤੀ ਗਈ ਦੇਖੋ ਨਾ ਜ਼ੁਲਮ ਦੀ ਇੱਕ ਇੰਤਹਾ ਹੋ ਜਾਂਦੀ ਹੈ ਕਿ ਪਹਿਲਾਂ ਉਹਦਾ ਪਿਓ ਸਾਂਦਲ ਪੱਟੀ ਮਾਰਿਆ ਅਤੇ ਦੁਬਾਰਾ ਜਦੋਂ ਉਹਦਾ ਬੱਚਾ ਜਿਹੜਾ ਫਰੀਦ ਪੱਟੀ
ਉਹ ਜਵਾਨ ਹੋ ਕੇ ਆਪਣੇ ਲੋਕਾਂ ਦੀ ਅਗਵਾਈ ਪਿਆ ਕਰਦਾ ਹੈ, ਉਹ ਆਪਣੇ ਲੋਕਾਂ ਦੇ ਮਸਲੇ ਮਸਾਇਲ ਹੱਲ ਪਿਆ ਕਰਦਾ, ਅਤੇ ਉਹ ਵੀ ਕਿਸੇ ਨੂੰ ਕਾਬਲੇ ਕਬੂਲ ਨਹੀਂ ਹੋਇਆ, ਅਤੇ ਉਹਨੂੰ ਵੀ ਧੋਖੇ ਨਾਲ ਫੜ ਕੇ ਜਾਂ ਕਿਸੇ ਦੀ ਸਾਜ਼ਿਸ਼ ਵਿੱਚ ਲਿਆ ਕੇ ਉਹਨੂੰ ਵੀ ਫੜ ਕੇ ਅਤੇ ਫਾਹੇ ਲਾ ਕੇ ਫਿਰ ਜਿਸ ਤਰ੍ਹਾਂ ਅੱਗੇ ਬੋਰੀ ਵਿੱਚ ਲਾਸ਼ ਭੇਜੀ ਸੀ, ਉਸੇ ਤਰ੍ਹਾਂ ਹੀ ਇਹ ਦੁਨੀਆਂ ਨੂੰ ਜ਼ੁਲਮ ਆਪਣਾ ਵਹਾਉਣ ਲਈ ਬਾਈ ਕੋਈ ਨਾ ਬੋਲੇ ਬਾਦਸ਼ਾਹ ਅੱਗੇ ਉਹਦੀ ਲਾਸ਼ ਜਿਹੜੀ ਹੈ ਉਹ ਟੰਗ ਦਿੱਤੀ ਜਾਂਦੀ ਹੈ ਬੁਰਜ ਦੇ ਉੱਤੇ। ਬੇਸ਼ੱਕ ਜੀ, ਉਹ ਲਾਸ਼ ਲੈਣ ਵਾਸਤੇ ਲੱਦੀ ਵੀ ਆਈ, ਤਾਰੀਖ ਦੱਸਦੀ ਹੈ, ਔਰ ਲੱਦੀ ਨਾ ਤਾਂ ਜ਼ਿਆਦਾ ਦੇਰ ਖਲੋ ਸਕਦੀ ਸੀ ਕਿਉਂਕਿ ਉਹ ਆਖਰੀ ਅਯਾਮ ਚੱਲ ਰਹੇ ਸਨ ਵਿਵਾਦਤ ਦੇ, ਬੱਚੇ ਦੇ ਆਉਣ ਦੇ, ਇੱਕ ਜਿਹੜਾ ਇੱਕ ਔਰਤ ਦਾ ਇੱਕ ਜਿਹੜਾ ਹੁੰਦਾ ਸਰਕਾਰੀ ਉਹ ਜਿਹੜੇ ਉਸ ਵਕਤ ਦੇ ਕੋਈ ਪੇਪਰ ਸਨ ਉਹਨਾਂ ਤੇ ਵੀ ਉਹਨੇ ਆਪਣੇ ਅੰਗੂਠੇ ਸੰਗੂਠੇ ਲਾਏ ਕਿ ਮੇਰੇ ਖਾਵਤ ਦੀ ਲਾਸ਼ ਮੈਨੂੰ ਦੇ ਦਿੱਤੀ ਜਾਏ, ਲੇਕਿਨ ਲਾਹੌਰ ਕਿਲ੍ਹੇ ਤੋਂ ਇਹ ਫਰਮਾਨ ਜਾਰੀ ਹੋਇਆ ਕਿ ਬਾਗੀਆਂ ਦੀ ਲਾਸ਼ ਅਸੀਂ ਦਿੰਦੇ ਨਹੀਂ, ਅਸੀਂ ਮਿਆਣੀ ਸਾਹਿਬ ਕਬਰਸਤਾਨ ਦੇ ਵਿੱਚ ਇੱਕ ਬਾਗੀਆਂ ਦਾ ਕਬਰਸਤਾਨ ਦਾ ਟੋਟਾ ਰੱਖਿਆ, ਅਸੀਂ ਇਹਨੂੰ ਉੱਥੇ ਦਫਨਾਵਾਂਗੇ, ਔਰ ਤੁਸੀਂ ਜਿਸ ਮਜ਼ਹਬ ਨਾਲ ਤਾਲੁਕ ਰੱਖਦੇ ਹੋ ਉਸ ਮਜ਼ਹਬ ਦੇ ਮੁਤਾਬਕ ਇਹਦੀ ਆਖਰੀ ਰਸਮਾਂ ਕੀਤੀਆਂ ਜਾਣਗੀਆਂ। ਲੇਕਿਨ ਲੱਦੀ ਸਬਰ ਸ਼ੁਕਰ ਕਰਕੇ ਘਰ ਆਈ ਅਤੇ 12 ਦਿਨ ਬਾਅਦ ਫਰੀਦ ਪੱਟੀ ਦੇ ਮਰਨ ਤੋਂ ਲੱਦੀ ਮਰੀਆ ਨੇ ਦੁੱਲੇ ਪੱਟੀ ਨੂੰ ਜਨਮ ਦਿੱਤਾ। ਵਾਹ ਜੀ ਵਾਹ, ਦੁੱਲਾ ਇਸ ਦੁਨੀਆਂ 'ਤੇ ਆ ਗਿਆ ਜੀ, ਉਹ ਸੂਰਮਾ ਜਿਹਨੇ ਜਣੇ ਦੀ ਜਣਿਆਈ ਨੂੰ ਇੱਕ ਨਵਾਂ ਹੀ ਰੂਪ ਦੇ ਦਿੱਤਾ। ਅੱਜ ਅਸੀਂ ਉਹਦਾ ਇੱਕ ਸ਼ਹੀਦੀ ਦਿਹਾੜ ਵੀ, ਅੱਜ 26 ਮਾਰਚ ਹੈ ਅਤੇ ਅਸੀਂ ਪਿਲਾਕ ਵਿੱਚ ਬੈਠੇ ਇਹ ਉਹਨਾਂ ਦਾ ਸ਼ਹੀਦੀ ਦਿਹਾੜ ਮਨਾ ਰਹੇ ਹਾਂ, ਅਤੇ ਸਾਡੇ ਨਾਲ ਨੇ ਆਸ਼ਿਕ ਜੱਟ ਦੇ ਬਹੁਤ ਹੀ ਪਿਆਰੇ ਬੇਟੇ, ਉਹਨਾਂ ਦੇ ਫਰਜ਼ੰਦ ਸਾਡੇ ਫਜ਼ਲ ਜੱਟ ਸਾਹਿਬ, ਅਤੇ ਉਹ ਨਾਲ ਨਾਲ ਸਾਨੂੰ ਕਹਾਣੀ ਵੀ ਅਤੇ ਬੋਲ ਵੀ ਸੁਣਾਉਂਦੇ ਨੇ। ਹਾਂਜੀ, ਦਾਸਤਾਨ ਗੋਈ, ਕਿਉਂਕਿ ਮੇਰੇ ਵਾਲਦ ਸਾਹਿਬ ਆਖਦੇ ਹੁੰਦੇ ਸਨ ਕਿ ਪੁੱਤ ਇਹ ਅਸਲ ਵਿਰਾਸਤ ਹੈ ਸਾਡੀ, ਇਹਨੂੰ ਜਾਰੀ ਰਹਿਣਾ ਚਾਹੀਦਾ ਹੈ। ਔਰ ਮੈਨੂੰ ਮੇਰੇ ਆਪਣੇ ਬੱਗੇ ਵਾਲ ਹੋ ਗਏ, ਮੈਂ ਹੁਣ ਬੁਢਾਪੇ ਦੇ ਹਾਂ, ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਪਹਿਲੀ ਵਾਰੀ ਦੁੱਲੇ ਪੱਟੀ ਦਾ ਸ਼ਹੀਦੀ ਦਾ ਪ੍ਰੋਗਰਾਮ, ਔਰ ਇਹ ਪਲਾਕ ਸਾਡਾ ਇਦਾਰਾ ਇਹ ਵਸਤਾ ਰਹੇ, ਇੱਥੇ ਸਾਡੀ ਭੈਣ ਹੈ ਕਿਉਂਕਿ ਉਹ ਆਪ ਲਿਖਾ ਰਹੀ ਹੈ। ਉਹ ਮੇਰਾ ਖਿਆਲ ਹੈ ਕਿ ਅਗਰ ਉਸ ਦੌਰ 'ਚ ਹੁੰਦੀ ਤਾਂ ਅਬੁਲ ਫਜ਼ਲ ਨੂੰ ਕਹਿੰਦੀ ਕਿ ਤੂੰ ਗਲਤ ਕਰ ਰਿਹਾ, ਕਿਉਂਕਿ ਉਹ ਅੱਜ ਉਹ ਜਿਹੜੀਆਂ ਅੱਜ ਦੀ ਲੱਦੀ, ਉਹ ਜਿਹੜੇ ਪੁਰਾਣਾ ਦੌਰ ਸੀ ਨਾ ਉਹਨੂੰ ਇਹ ਰਿਪੀਟ ਲੋਕ ਕਰ ਰਹੇ ਨੇ, ਅਤੇ ਮੈਂ ਸਮਝ ਰਿਹਾ ਕਿ ਇਹ ਸਾਡੇ ਪੰਜਾਬੀਆਂ ਲਈ ਨਹੀਂ ਬਲਕਿ ਹਿੰਦ ਦੇ ਰਹਿਣ ਵਾਲੇ ਜਿਹੜੇ ਲੋਕ ਲਿਟਰੇਚਰ ਨਾਲ ਤਾਲੁਕ ਰੱਖਦੇ ਨੇ, ਜਿਹੜੇ ਲੋਕ ਪੜ੍ਹਦੇ ਲਿਖਦੇ ਨੇ ਕਿਤਾਬਾਂ ਨਾਲ, ਉਹਨਾਂ 'ਤੇ ਵੀ ਇੱਕ ਅਹਿਸਾਨ ਕੀਤਾ ਜਾ ਰਿਹਾ। ਔਰ ਮੈਂ ਸਮਝਦਾ ਕਿ ਸਾਰਿਆਂ ਦੇ ਕਲੇਜੇ ਅੱਜ ਠਰ ਰਹੇ ਹੋਣਗੇ ਕਿ ਅੱਜ ਦੁੱਲੇ ਪੱਟੀ ਦੀ ਸ਼ਹੀਦੀ ਦੀ ਗੱਲ ਹੋ ਰਹੀ ਹੈ, ਬੜੇ ਔਰ ਇਹ ਪਾਕਿਸਤਾਨ ਖਿਲਾ ਕੇ ਇੰਨੇ ਸੋਹਣੇ ਚੱਜ ਨਾਲ ਅਸੀਂ ਕਹਾਣੀ ਨੂੰ ਅੱਗੇ ਲੈ ਕੇ ਚੱਲਨੇ ਆ। ਜਿਹੜਾ ਸਾਡਾ ਸੂਰਮਾ ਜਨਮ ਜਿਹਦਾ ਹੋਇਆ, ਬੜੇ ਹੀ ਚਾਵਾਂ ਨਾਲ ਉਹਦੇ ਚਾਹ ਉਹਦੇ ਮਨਾਏ ਜਾ ਰਹੇ ਨੇ। ਇਹ ਸੰਨ 1547 ਈਸਵੀ ਦੀ ਗੱਲ ਹੈ, ਜਿਹੜਾ ਦੁੱਲਾ ਪੱਟੀ ਦੇ ਜਨਮ, ਜਾਂ ਜਿਹਦਾ ਨਾਂ ਅਬਦੁੱਲਾ ਰੱਖਿਆ ਗਿਆ ਸੀ, ਲੇਕਿਨ ਆਵਾਮ ਵਿੱਚ ਪੂਰੀ ਦੁਨੀਆ ਵਿੱਚ ਉਹ ਦੁੱਲਾ ਪੱਟੀ ਦੇ ਨਾਂ ਨਾਲ ਮਸ਼ਹੂਰ ਹੁੰਦਾ ਹੈ। ਅਤੇ ਉਹਦਾ ਦੂਜੇ ਬਾਲਾਂ ਦੀ ਤਰ੍ਹਾਂ ਹੀ ਉਹ ਵੀ ਬੱਚਾ ਹੀ ਸੀ, ਇੱਕ ਉਹ ਸ਼ਰਾਰਤਾਂ ਵੀ ਕਰਦਾ, ਉਹਦੀ ਸਭ ਕੁਛ ਕਰਦਾ, ਉਹ ਗੱਲ ਦੱਸੋ। ਅੱਛਾ, ਉਹ ਬਿਲਕੁਲ ਅੱਛਾ, ਇਹਦੀ ਨਾ ਦੁੱਲੇ ਪੱਟੀ ਨੂੰ ਬਹੁਤ ਸਾਰਾ ਪਿਆਰ ਮਿਲਿਆ। ਹਾਂ, ਉਹ ਪਿਆਰ ਇਸ ਤਰ੍ਹਾਂ ਮਿਲਿਆ ਕਿ ਦੁੱਲਾ ਪੱਟੀ ਜਿਹੜਾ ਸੀ ਨਾ ਉਹ ਅਸਲ ਦੇ ਵਿੱਚ, ਕਿਉਂਕਿ ਉਹ ਜਿੰਨੀਆਂ ਕੌਮਾਂ ਵਸਦੀਆਂ ਸਨ ਨਾ ਸਾਂਦਲਬਾਰ, ਕਿਉਂਕਿ ਸਾਂਦਲਬਾਰ ਦੁੱਲੇ ਪੱਟੀ ਦੇ ਦਾਦੇ ਦੇ ਨਾਂ ਤੋਂ ਮਸ਼ਹੂਰ ਹੈ, ਉਹਦੇ 'ਚ ਹਿੰਦੂ ਵੀ ਰਹਿੰਦੇ ਸਨ, ਹਿੰਦੂ ਵੀ ਉੱਥੇ ਰਹਿੰਦੇ ਸਨ, ਉੱਥੇ ਜਿਹੜਾ ਨਾ ਸਿੱਖ ਮਜ਼ਹਬ ਵੀ ਪ੍ਰਵਾਨ ਚੜ ਰਿਹਾ ਸੀ, ਉੱਥੇ ਜਿਹੜਾ ਨਾ ਮਸੀਹ ਬਰਾਦਰੀ ਵੀ ਸੀ, ਉਹ ਸਾਰੇ ਸਾਂਦਲ ਪੱਟੀ ਨੂੰ ਆਪਣਾ ਵੱਡਾ ਸਮਝਦੇ ਸਨ, ਉਹਨੂੰ ਆਪਣਾ ਬਜ਼ੁਰਗ ਸਮਝਦੇ ਸਨ। ਹੁਣ ਉਹ ਕਈਆਂ ਔਰਤਾਂ ਬਾਲੜੀਆਂ ਨੇ, ਕਈਆਂ ਮਾਈਆਂ ਨੇ ਵੇਖਿਆ ਕਿ ਚਾਚਾ ਸਾਂਦਲ ਮਾਰਿਆ ਗਿਆ, ਫਿਰ ਚਾਚੇ ਸਾਂਦਲ ਦਾ ਪੁੱਤਰ ਮਾਰਿਆ ਗਿਆ, ਉਹ ਵੀ ਗਿਆ, ਤੇ ਹੁਣ ਸਾਂਦਲ ਦਾ ਪੁੱਤਰ ਆ ਗਿਆ, ਤੇ ਮਾਂ ਨੇ ਪਾਬੰਦੀ ਲਾ ਦਿੱਤੀ ਕੋਈ ਮੇਰੇ ਪੁੱਤਰ ਨੂੰ ਵੈਰ ਬਾਰੇ ਨਾ ਦੱਸਣਾ, ਕਿਉਂਕਿ ਲੱਦੀ ਸਿਆਣੀ ਸੀ, ਦਾਨੀ ਸੀ, ਉਹਨੂੰ ਪਤਾ ਸੀ ਕਿ ਮੈਂ ਸੂਰਮਾ ਜੰਮਿਆ ਤੇ ਮੈਂ ਇਹਨੂੰ ਪਾਲਣਾ ਵੀ, ਤੇ ਵਕਤ ਲੱਗੇਗਾ ਜੀ, ਇਹਨੇ ਜਾਣਾ ਉਸ ਥਾਂ ਤੇ, ਲੇਕਿਨ ਆਈਏ ਨਹੀਂ। ਉਸ ਹਿਸਾਬ ਨਾਲ ਫਿਰ ਲੋਕਾਂ ਨੇ ਦੁੱਲੇ ਪੱਟੀ ਦੀਆਂ ਘੋੜੀਆਂ ਗਾਈਆਂ, ਔਰ ਪੰਜਾਬ ਦੇ ਵਿੱਚ
ਮੈਨੂੰ ਫਖਰ ਨਾਲ ਮੈਂ ਕਹਿੰਦਾ ਵਾਂ ਕਿ ਜਾਂ ਤੇ ਘੋੜੀਆਂ ਗਾਈਆਂ ਗਈਆਂ ਬਾਬੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਤੇ ਜਾਂ ਸਾਰੀਆਂ ਕੌਮਾਂ ਨੇ ਰਲ ਕੇ ਘੋੜੀਆਂ ਦੁੱਲੇ ਭੱਟੇ ਦੀਆਂ ਗਾਈਆਂ ਨੇ ਲਓ ਜੀ ਲਓ। ਔਰ ਉਹਦਾ ਵਿੱਚ ਮੈਨੂੰ ਯਾਦ ਹੈ ਕਿ ਦੁਆਬੇ ਦੀ ਜਿਹੜੀ ਘੋੜੀ ਉਹਦੇ ਵਿੱਚ ਜਿਹੜੇ ਮੁਸਲਮਾਨ ਫੈਮਿਲੀ ਸੀ ਉਹਨਾਂ ਦੀ ਇੱਕ ਆਪਣੀ ਘੋੜੀ ਸੀ ਉਹ ਕਹਿੰਦੇ ਹੁੰਦੇ ਸਨ ਉਹ ਸੌ ਜਾ ਸੋਹਣਿਆ ਪੁੱਤਰਾ ਤੂੰ ਮੈਨੂੰ ਪਿਆਰਾ ਗਗਨਾ ਬੁੱਢੜੀ ਹੋ ਜਾਵਾਂਗੀ ਮੈਂ ਤੂੰ ਸਹਾਰਾ ਲਗਨਾ ਏ ਕਿ ਸੌਂ ਜਾ ਤੇਰੀ ਖਾਬ ਵਿੱਚ ਆ ਗਈ ਸਬਜ਼ ਪਰੀ ਤੇ ਜਿਹੜੀਆਂ ਉਹ ਹਿੰਦੂ ਫੈਮਿਲੀਆਂ ਹੁੰਦੀਆਂ ਸਨ ਉਹ ਕਹਿਣੀਆਂ ਉਹ ਜਜਮਾਨ ਜੀ ਜਜਮਾਨ ਜੀ ਜਜਮਾਨ ਜੀ ਜਜਮਾਨ ਜੀ ਮੇਰਾ ਚੰਨ ਵੀਰ ਸੁਲਤਾਨ ਜੀ ਨਾਲ ਹਾਥੀ ਨਾਲ ਘੋੜੇ ਲਿਆਵੇਗਾ ਸਾਡੀ ਭਾਬੀ ਜਾਨ ਜੀ ਜਜਮਾਨ। ਇਸੇ ਤਰ੍ਹਾਂ ਕੌਮਾਂ ਦੀਆਂ ਮੁਖਤਲਿਫ ਭੈਣਾਂ ਨੇ ਧੀਆਂ ਨੇ ਜਿਹੜੀਆਂ ਉੱਥੇ ਫੈਮਿਲੀਆਂ ਵਸਦੀਆਂ ਸਨ ਦੁੱਲਾ ਭੱਟੀ ਖੇਡਣ ਲੱਗ ਪਏ। ਵਾਹ ਖੇਡਦਿਆਂ ਖੇਡਦਿਆਂ ਦੁੱਲੇ ਭੱਟੀ ਨੇ ਕੌਡੀ ਬੜੀ ਸੋਹਣੀ ਪਾਈ ਕੌਡੀ 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 ਬੜੀ ਸੋਹਣੀ ਪਾਈ ਦੁੱਲੇ ਨੇ। ਜਿਹੜੇ ਪੰਜਾਬ ਦੇ ਖੇਡ ਸਨ ਵਜ਼ਨ ਚੁੱਕਣਾ ਨਿਸ਼ਾਨਾਬਾਜ਼ੀ ਕਰਨਾ ਤੀਰ ਅੰਦਾਜ਼ੀ ਕਰਨਾ। ਔਰ ਇੱਕ ਬੰਦਾ ਜਦੋਂ ਦੁੱਲਾ ਭੱਟੀ 7 ਜਾਂ 8 ਸਾਲ ਦਾ ਸੀ ਤੇ ਜੇਲੋਂ ਛੁੱਟ ਕੇ ਆਇਆ ਉਹਦਾ ਨਾਂ ਸੀ ਗੁਲਾਬ ਖਾਂ ਭੱਟੀ। ਜੀ ਜੀ ਗੁਲਾਬ ਖਾਂ ਭੱਟੀ ਇੱਕ ਐਸੀ ਹਸਤੀ ਦਾ ਨਾਂ ਸੀ ਕਿ ਜਿਹੜਾ ਸਾਂਦਲ ਭੱਟੀ ਦਾ ਨਾਲ ਮੋਹਰੀ ਨੌਕਰ ਬਣ ਕੇ ਨਾਲ ਗਿਆ ਸੀ ਨਫ਼ਰਤ ਕਿ ਮੈਂ ਤੇਰੇ ਨਾਲ ਹਾਂ। ਉਹ ਗ੍ਰਿਫਤਾਰ ਕਰ ਦਿੱਤਾ ਗਿਆ ਸਾਂਦਲ ਭੱਟੀ ਨੂੰ ਮਾਰ ਦਿੱਤਾ ਗਿਆ। ਉਸ ਤੋਂ ਬਾਅਦ ਫਰੀਦ ਭੱਟੀ ਵੀ ਮਾਰਿਆ ਗਿਆ ਲੇਕਿਨ ਉਹ ਕਾਫੀ ਅਰਸੇ ਬਾਅਦ ਕੋਈ 20 ਵਰਿਆਂ ਬਾਅਦ ਉਹ ਬੰਦਾ ਛੁੱਟ ਕੇ ਜਦੋਂ ਵਾਪਸ ਆਇਆ ਤੇ ਉਹ ਜਦੋਂ ਮਾਤਾ ਲੱਦੀ ਆਪਣੀ ਹਵੇਲੀ 'ਚ ਬੈਠੀ ਸੀ ਤੇ ਉਹਨੇ ਆ ਕੇ ਨਾ ਨੁਕਰਾਨੀ ਨੇ ਦੱਸਿਆ ਉਹਨੇ ਕਿਹਾ ਲੱਦੀ ਮਾਂ ਕੋਈ ਨੂਰਾਨੀ ਚਿਹਰੇ ਵਾਲੇ ਬਜ਼ੁਰਗ ਆਏ ਨੇ ਤੇ ਤੁਹਾਨੂੰ ਮਿਲਣਾ ਚਾਹੁੰਦੇ ਨੇ। ਉਹ ਮਾਂ ਨੇ ਕਿਹਾ ਪੁੱਤਰਾ ਕੌਣ ਹੈ ਉਹਨਾਂ ਨੂੰ ਅੰਦਰ ਬੁਲਾ ਬੁਲਾਓ। ਉਹ ਜਦੋਂ ਬਜ਼ੁਰਗ ਅੰਦਰ ਆਇਆ ਨਾ ਤੇ ਉਹ ਹਵੇਲੀ ਨੂੰ ਚਾਰ 'ਚ ਫੇਰਿਓ ਵੇਖਣ ਲੱਗ ਪਿਆ। ਲੱਦੀ ਨੇ ਵੀ ਗੌਰ ਕੀਤਾ ਉਸ ਆਖਿਆ ਵੀ ਬਜ਼ੁਰਗਾ ਤੁਸੀਂ ਮੇਰੇ ਬਾਪ ਦਾਦੇ ਦੀ ਉਮਰ ਦੇ ਤੇ ਤੁਸੀਂ ਸੱਜੇ ਖੱਬੇ ਕੀ ਵੇਖਦੇ ਹੋ। ਉਹ ਕਹਿੰਦਾ ਪੁੱਤਰ ਮੈਂ ਵੇਖ ਰਿਹਾ ਉਹ ਹੀ ਕੰਧਾਂ ਉਹੋ ਹੀ ਦਰੋ ਦੀਵਾਰ ਜਦੋਂ ਸਾਂਦਲ ਭੱਟੀ ਨੇ ਮੁਗਲਾਂ ਦੇ ਖਿਲਾਫ ਆਵਾਜ਼ ਚੁੱਕੀ ਸੀ ਤੇ ਅਸੀਂ ਤਲਵਾਰ ਦੀ ਮਸ਼ਕ ਇੱਥੇ ਹੀ ਕੀਤੀ ਸੀ ਤਲਵਾਰਬਾਜ਼ੀ ਦਾ ਵੱਲ ਸਿੱਖਿਆ ਇੱਥੇ ਹੀ ਸਿੱਖਿਆ ਸੀ। ਉਸ ਆਖਿਆ ਜੇ ਮੈਂ ਝੂਠ ਨਹੀਂ ਬੋਲਦੀ ਤੇ ਤੂੰ ਚਾਚਾ ਦੀਨ ਮੁਹੰਮਦ ਗੁਲਾਬ ਖਾਂ ਹੈ ਨਾ। ਉਹਨੇ ਕਿਹਾ ਹਾਂ ਪੁੱਤਰਾ ਮੈਂ ਹੀ ਹਾਂ ਤੇ ਉਹਨੇ ਕਿਹਾ ਚਾਚਾ ਉਹਦੇ ਪੈਰੀ ਪਈ ਉਹਨੇ ਪਿਆਰ ਲਿਆ। ਉਸ ਆਖਿਆ ਮੈਂ ਸੁਣਿਆ ਦੁੱਲਾ ਵੱਡਾ ਸਾਰਾ ਹੋ ਗਿਆ ਤੇ ਮੈਂ ਉਹਨਾਂ ਨੂੰ ਦੱਸਣ ਆਇਆ ਕਿ ਉੱਠ ਬਈ ਪਿਓ ਦਾਦੇ ਦਾ ਦੀਵਾਨ ਖਾਨਾ ਖੋਲ ਤੇ ਉੱਥੇ ਬਹਿਣਾ ਸ਼ੁਰੂ ਕਰ ਦੇ। ਉਸ ਆਖਿਆ ਨਾ ਚਾਚਾ ਨਾ ਇਹ ਦੁੱਲੇ ਭੱਟੀ ਨੂੰ ਨਾ ਨਹੀਂ ਦੱਸਣਾ ਇਹ ਹਾਲੀ ਮੇਰਾ ਪੁੱਤ ਨਿੱਕਾ ਜਿਹਾ ਹੈ ਤੇ ਤੂੰ ਅਜੇ ਇਹ ਗੱਲ ਨਾ ਕਰੀ। ਉਸ ਆਖਿਆ ਪੁੱਤਰਾ ਕਦੋਂ ਤੱਕ ਲਗਾਉਂਗੀ ਬੱਬਰ ਸ਼ੇਰ ਦਾ ਪੁੱਤਰ ਉਹਨੇ ਭਬਕ ਮਾਰਨੋਂ ਬਾਅਦ ਨਹੀਂ ਆਉਣਾ ਰਾਤ ਆਪਣਾ ਰੰਗ ਵਿਖਾਉਂਦੀ ਏ। ਖੈਰ ਦੁੱਲਾ ਭੱਟੀ ਖੇਡਦਾ ਖੇਡਦਾ ਜਵਾਨ ਹੋ ਗਿਆ। ਵਾਹ। ਔਰ ਦੁੱਲੇ ਭੱਟੀ ਨੂੰ ਜਿੰਨੇ ਉੱਥੋਂ ਦੇ ਵਾਸੀ ਲੋਕ ਸਨ ਉਹ ਪਿਆਰ ਨਾਲ ਭਰਾ ਆਖਦੇ ਸਨ। ਉਹ ਹਿੰਦੂਆਂ 'ਚ ਬੈਠਾ ਇੰਝ ਜਾਪਦਾ ਸੀ ਕਿ ਹਿੰਦੂ ਏ ਉਹ ਜਿਹੜੀ ਕੌਮ ਦੇ ਨਾਲ ਬੈਠਦਾ ਬੜਾ ਅੱਛਾ ਨਿਜ਼ਾਮ ਸੀ ਕਿਉਂਕਿ ਉਹ ਸਰਦਾਰ ਸੀ ਆਪਣੇ ਇਲਾਕੇ ਦਾ। ਇੱਕ ਦਿਨ ਦੁੱਲਾ ਭੱਟੀ ਜਦੋਂ ਜਵਾਨ ਹੋ ਗਿਆ ਤੇ ਉਹ ਗੁਲਾਬ ਖਾਂ ਭੱਟੀ ਦੇ ਰਿਸ਼ਤੇਦਾਰਾਂ ਦੇ ਵਿੱਚ ਇੱਕ ਬੱਚੀ ਬੈਠੀ ਸੀ ਜਿਹਦਾ ਨਾਂ ਸੀ ਨੂਰਾ ਫੁੱਲਰਾਂ। ਕੁਛ ਕਿਤਾਬਾਂ ਦੇ ਵਿੱਚ ਉਹਨੂੰ ਨੂਰਾਂ ਆਖਿਆ ਗਿਆ ਕੁਛ ਹੋਰ ਵੀ ਕੁਛ ਅਸਲ 'ਚ ਫੁੱਲਰਾਂ ਰਾਣੀ ਉਹ ਉਹਦੇ ਨਾਲ ਦੁੱਲੇ ਭੱਟੀ ਦੀ ਸ਼ਾਦੀ ਕੀਤੀ ਗਈ ਤਾਂ ਕਿ ਦੁੱਲੇ ਭੱਟੀ ਦੀ ਨਸਲ ਵੱਧ ਸਕੇ। ਉਧਰੋਂ ਦੁੱਲੇ ਭੱਟੀ ਦੀ ਸ਼ਾਦੀ ਕੀਤੀ ਉਧਰੋਂ ਇੱਕ ਕਾਫਲਾ ਗੁਜ਼ਰਿਆ ਪੰਜਾਬ ਦੇ ਵਿੱਚੋਂ। ਹਾਂਜੀ। ਉਸ ਕਾਫਲੇ ਨੇ ਕਿਸਾਨਾਂ ਦੇ ਨਾਲ ਕੋਈ ਲੁੱਟ ਮਾਰ ਕੀਤੀ ਦੁੱਲੇ ਭੱਟੀ ਨੂੰ ਪਤਾ ਲੱਗਾ ਦੁੱਲਾ ਭੱਟੀ ਗਿਆ। ਇੱਕ ਆਮ ਕਿਸਾਨ ਹੋਣ ਦੇ ਨਾਤੇ ਇੱਕ ਆਮ ਪਿੰਡ ਦਾ ਮੋਹਰੀ ਹੋਣ ਦੇ ਨਾਤੇ ਉਹਨੇ ਜਾ ਕੇ ਮੁਗਲਾਂ ਨਾਲ ਅੱਬਾ ਤੱਬਾ ਕੀਤੀ ਉਹਦੇ ਵਿੱਚ ਕੁਝ ਐਸੀ ਗੁਫ਼ਤਗੂ ਹੋਈ ਕਿ ਉਸ ਗੁਫ਼ਤਗੂ ਦੇ ਵਿੱਚ ਸਿਰ ਕੱਢਵਾਂ ਪੰਜਾਬ ਦਾ ਇੱਕ ਸੂਰਮਾ ਨਜ਼ਰ ਆਉਣ ਲੱਗ ਪਿਆ। ਵਾਹ 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 ਵਾਹ।
ਲੋਕਾਂ ਨੇ ਦੁੱਲੇ ਪੱਟੀ ਤੇ ਆਸ ਰੱਖਣੀ ਸ਼ੁਰੂ ਕਰ ਦਿੱਤੀ। ਔਰ ਮੈਂ ਇਹਨਾਂ ਆਸਾਂ ਦੇ ਵਿੱਚ ਇੱਕ ਇਹੋ ਜਿਹੀ ਆਸ ਹੈ ਜਿਹੜੀ ਪੰਜਾਬ ਦਾ ਤਿਉਹਾਰ ਬਣ ਗਈ, ਵਾਹ, ਉਹਨੂੰ ਕਿਹਾ ਜਾਂਦਾ ਲੋਹੜੀ। ਲੋਹੜੀ 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 ਔਰ ਲੋਹੜੀ ਦਾ ਬੜਾ ਵਾਕਿਆ ਹੈ। ਯੈਸ, ਸੁੰਦਰ ਮੁੰਦਰੀਏ ਵਾਲਾ ਇੱਕ ਪੂਰੀ ਉਹਦੀ ਹਿਸਟਰੀ ਹੈ, ਪਿਛੋਕੜ ਹੈ ਉਹਦਾ, ਪਿਛੋਕੜ। ਲੇਕਿਨ ਉਹ ਪਿਛੋਕੜ ਦੱਸਣ ਤੋਂ ਪਹਿਲਾਂ ਜਿਹੜੀ ਇਹਨਾਂ ਕਿਸਾਨਾਂ ਦੀ ਗੱਲ ਕੀਤੀ ਉਹਦਾ ਥੋੜ੍ਹਾ ਜਿਹਾ ਤਰੀਹੀ ਵੇਰਵਾ ਅਸੀਂ ਦੱਸ ਦਈਏ। ਹੋਇਆ ਕੀ ਸੀ? ਹੋਇਆ ਇਹ ਸੀ ਕਿ ਅੱਜ ਵੀ ਤੁਸੀਂ ਜਿਹੜਾ ਉਹ ਦਰਬਾਰੇ ਅਕਬਰੀ ਭਾਵੇਂ ਪੜ੍ਹ ਲਓ, ਭਾਵੇਂ ਅਕਬਰਨਾਮਾ ਪੜ੍ਹ ਲਓ, ਉਹਦੇ ਵਿੱਚ ਤੁਹਾਨੂੰ ਵਾਕਿਆਤ ਲੱਭਣਗੇ। ਵਾਕੇ ਕੀ ਨੇ ਉਹ? ਕਿ ਉਸ ਵੇਲੇ ਕਿਸਾਨੀ ਸੋਧਾਂ ਜਾਂ ਇਸਲਾਹਾਤ ਦੇ ਨਾਂ 'ਤੇ ਬਹੁਤ ਕੁਛ ਕੀਤਾ ਗਿਆ। ਮਕਸਦ ਇਹ ਸੀ ਬਾਦਸ਼ਾਹ ਦਾ ਕਿ ਲੋਕਾਂ ਕੋਲੋਂ ਜ਼ਿਆਦਾ ਤੋਂ ਜ਼ਿਆਦਾ ਮਾਲੀਆ ਜਿਹੜਾ ਉਹ ਕਢਾਇਆ ਜਾਏ। ਕਿਸ ਤਰ੍ਹਾਂ ਫਿਰ ਕਢਾਇਆ ਗਿਆ? ਉਹ ਜਿਹੜੀ ਜਰੀਬ ਹੁੰਦੀ ਸੀ, ਪੁਰਾਣਾ ਤਰੀਕਾਕਾਰ ਸੀ, ਰਵਾਇਤੀ, ਕਿ 22 ਗਜ਼ ਦੀ ਜਰੀਬ ਹੁੰਦੀ ਸੀ, ਜਿਹਨੂੰ ਬਦਲ ਕੇ 50 ਤੋਂ 60 ਗਜ਼ ਤੱਕ ਕਰ ਦਿੱਤਾ ਗਿਆ। ਔਰ ਉਹਦੇ ਤੋਂ ਰੱਸੀ ਦੀ ਬਜਾਏ ਬਣਾ ਦਿੱਤੀਆਂ ਗਈਆਂ ਬਾਂਸ ਉੱਤੇ ਕੜੇ ਚਾੜ ਕੇ ਉਹ ਜਰੀਬਾਂ, ਪਹਿਲੀ ਵਾਰੀ ਲੱਕੜੀ ਦੀਆਂ ਜਰੀਬਾਂ। ਹੁਣ ਉਹਦੇ ਨਾਲ ਲੋਕਾਂ ਦੀ ਜ਼ਮੀਨ ਦਾ ਜਾਂ ਤਾਂ ਸਹੀ ਸਹੀ ਨਾਪ ਲੈਂਦੇ ਨਾ, ਕਰਦੇ ਬਦਨੀਤੀ ਨਾਲ ਨਾਪ ਸਨ। ਜ਼ਮੀਨ ਨੇ ਵੱਧ ਜਾਣਾ, ਅਗਲੇ ਦੀ ਇੰਨੀ ਕਮਾਈ ਨਾ ਹੋਣੀ, ਉਹ ਉਹਨਾਂ ਉਹਦੇ ਕੋਲ ਮਾਲੀਆ ਕਹਿਣਾ, ਦੇ ਸਾਨੂੰ, ਅਤੇ ਜਿਹੜਾ ਨਹੀਂ ਸੀ ਦਿੰਦਾ ਉਹਦੇ ਬਾਲਾਂ ਅਤੇ ਬੀਬੀਆਂ ਨੂੰ ਵੀ ਉਹ ਆਪਣੇ ਕੋਲ ਜਿਹੜਾ ਬੰਦੀ ਬਣਾ ਲੈਂਦੇ ਸਨ। ਇਹ ਉਹਨਾਂ ਗੱਲ ਕੀਤੀ ਹੈ। ਅਤੇ ਅਸੀਂ ਹੁਣ ਆ ਰਹੇ ਹਾਂ ਇੱਕ ਬੜਾ ਹੀ ਖੂਬਸੂਰਤ ਪਹਿਲੂ ਜਿਹਦੀ ਇਹਨਾਂ ਨਿਸ਼ਾਨਦੇਹੀ ਕੀਤੀ ਹੈ ਕਿ ਜਿਹੜਾ ਲੋਹੜੀ ਦਾ ਇੰਨਾ ਸੋਹਣਾ ਤਿਉਹਾਰ ਹੈ, ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ, ਉਹਦੀ ਬੈਕਗਰਾਊਂਡ, ਉਹਦਾ ਪਿਛੋਕੜ ਕੀ ਹੈ? ਤੇ ਉਹ ਸੁੰਦਰ ਮੁੰਦਰੀਏ ਵਾਲੀ ਗੱਲ ਜਿਹੜੀ ਹੈ ਪਿਆ ਦੱਸਦੇ ਨੇ ਫਜ਼ਲ ਜੱਟ ਸਾਹਿਬ। ਉਹਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਪੰਜਾਬ 'ਤੇ ਇੱਕ ਬੜਾ ਵੱਡਾ ਇਕੱਠ ਹੁੰਦਾ ਸੀ ਵਿਆਹ 'ਤੇ ਕਿਸੇ 'ਤੇ ਵੀ, ਉਹਨੂੰ ਕਿਹਾ ਜਾਂਦਾ ਸੀ ਨਿਉਂਦਰਾ ਭਾਜੀ। ਹਾਂਜੀ, ਇਸੇ ਤਰ੍ਹਾਂ ਹੀ ਨਿਉਂਦਰਾ ਉਹ ਹੁੰਦਾ ਸੀ ਕਿ ਜਿਹੜਾ ਨੋਟ ਕੀਤਾ ਜਾਂਦਾ ਸੀ। ਹਾਂਜੀ, ਕਿ ਲਓ ਜੀ ਇਹ ਜਿਹੜਾ ਬੰਦਾ ਹੈ ਇਹਦਾ ਵਿਆਹ ਕਰ ਰਿਹਾ ਹੈ, ਤਾਂ ਨਿਉਂਦਰਾ ਪੈ। ਹਾਂਜੀ, ਇਸੇ ਤਰ੍ਹਾਂ ਉਹ ਨੋਟ ਕੀਤਾ ਜਾਂਦਾ ਸੀ। ਅਤੇ ਜਿਹੜੀ ਹੁੰਦੀ ਸੀ ਨਾ ਭਾਜੀ, ਉਹ ਨੋਟ ਨਹੀਂ ਸੀ ਹੁੰਦੀ, ਉਹ ਘਰ ਵਾਲੇ ਦੀ, ਕੁੜੀ ਵਾਲੇ ਦੀ ਜਾਂ ਮੁੰਡੇ ਵਾਲੇ ਦੀ ਇਮਦਾਦ ਦਾ ਨਾਂ ਹੁੰਦਾ ਸੀ, ਉਹ ਵਾਪਸ ਨਹੀਂ ਲਿੱਤੀ ਜਾਂਦੀ। ਇਸੇ ਤਰ੍ਹਾਂ ਅਕਬਰ ਬਾਦਸ਼ਾਹ ਦੇ ਇਸ ਕਾਨੂੰਨ ਦੇ ਵਿੱਚ ਨਿਉਂਦਰਾ ਭਾਜੀ ਵੱਖੋ ਵੱਖ ਕਰ ਦਿੱਤੀ ਗਈ। ਸਹੀ ਕਿਹਾ, ਸਹੀ ਸਹੀ, ਨਿਉਂਦਰਾ ਅਤੇ ਭਾਜੀ ਵੱਖੋ ਵੱਖ ਕਰ ਦਿੱਤੀ ਗਈ ਕਿ ਨਹੀਂ ਤੁਸੀਂ ਸਿਰਫ ਨਿਉਂਦਰਾ ਹੀ ਪਾਓ, ਭਾਜੀ ਕਰਨਾ ਕੋਈ ਜ਼ਰੂਰੀ ਨਹੀਂ ਹੈ। ਇਹ ਉਹ ਜ਼ਿਆਤੀ ਦਾ ਇੱਕ ਦੌਰ ਸ਼ੁਰੂ ਸੀ। ਇਹਦੇ ਵਿੱਚ ਇੱਕ ਸੁੰਦਰੀ ਅਤੇ ਮੁੰਦਰੀ ਦੋ ਜਿਹੜੀਆਂ ਉਹ ਭੈਣਾਂ ਸਨ। ਜੀ ਜੀ, ਉੱਥੋਂ ਦਾ ਇੱਕ ਬਾਹਮਣ ਸੀ, ਉਹਦੀਆਂ ਧੀਆਂ ਸਨ, ਉਹ ਧੀਆਂ ਸਨ। ਲੇਕਿਨ ਇੱਕ ਰਾਮ ਲਾਲ ਹੋਇਆ, ਇੱਕ ਮੁਸਲਮਾਨਾਂ ਦਾ ਜੀ ਸੀ, ਉਹ ਵੀ ਤਰਕੜਾ ਸੀ, ਜੱਟ ਸੀ। ਉਹ ਵੀ ਉਹ ਸਾਰੇ ਕਹਿੰਦੇ ਨੇ ਨਾ ਕਿ ਯਾਰਾਂ ਦੀਆਂ ਢਾਣੀਆਂ, ਉਹ ਜਦੋਂ ਯਾਰ ਜੂਰ ਰਲ ਜਾਣੇ ਨਾ, ਤੇ ਉਹ ਜਦੋਂ ਬੱਚੀਆਂ ਨੇ ਬਾਹਰ ਨਿਕਲਣਾ ਨਾ ਖੂਹ ਤੋਂ ਪਾਣੀ ਭਰਨੀ ਜਾਂ ਆਪਣੇ ਅੱਬੇ ਦੀ ਰੋਟੀ ਲੈ ਕੇ ਜਾਣਾ, ਤੇ ਉਹਨਾਂ ਨੇ ਮਖੌਲ ਕਰਨੇ, ਉਹਨਾਂ ਨੇ ਮਖੌਲ ਕਰਨੇ। ਅਤੇ ਮੇਰੇ ਵਾਲਦ ਸਾਹਿਬ ਦੀ ਤਹਿਰੀਰ ਹੈ, ਔਰ ਮੈਨੂੰ ਅੱਜ ਬੜੀ ਖੁਸ਼ੀ ਹੋ ਰਹੀ ਹੈ ਕਿ ਲੋਹੜੀ ਕਦੀ ਇਸ ਮੁਲਕ ਵਿੱਚ ਮੈਂ ਨਹੀਂ ਮਨਾਈ, ਸੋਹਣੀ ਗੱਲ ਕਰਦੇ ਹੋ, ਔਰ ਮੈਂ ਕਦੀ ਇਹ ਨਹੀਂ ਗਾਈ, ਮੈਂ ਅੱਜ ਪਹਿਲੀ ਵਾਰੀ ਸੁਣਾਉਣ ਲੱਗਾ ਵਾਂ, ਬਲਕਿ ਵਾਹਿਦ ਪੁਲਾਕ 'ਤੇ ਅੱਜ ਇਹ ਇੱਕ ਬੜੀ ਵੱਡੀ ਤਾਰੀਖੀ ਚੀਜ਼ ਆ ਰਹੀ ਹੈ। ਜਿਹੜੇ ਲੋਕ ਸੁਣ ਰਹੇ ਹੋ, ਜਿਹੜੇ ਭਾਰਤ 'ਚੋ ਜਾਂ ਕਿਤੇ ਕਿਤੇ ਪੰਜਾਬੀ ਬੈਠੇ ਹੋ, ਇਹ ਮੈਂ ਤੁਹਾਨੂੰ ਅਸਲ ਲੋਹੜੀ ਸੁਣਾਉਣ ਲੱਗਾ ਜੀ, ਤਾਰੀਖ ਦੇ ਮੁਤਾਬਕ। ਬਹੁਤ ਅੱਛੇ, ਇਹ ਜਿਹੜੇ ਲੋਕ ਸਿੱਠਣੀਆਂ 'ਤੇ ਅੱਗ ਬਾਲ ਕੇ ਸਿੱਠਣੀਆਂ ਲੋਹੜੀ ਨਹੀਂ ਹੈਗੀ, ਅਸਲ ਲੋਹੜੀ ਕੀ ਹੈ? ਲੋਹੜੀ ਵੰਗ ਦੀ ਹੈ। ਇਹ ਵੰਗ ਕਿਹੜੀ ਸੀ? ਸੁੰਦਰੀ ਤੇ ਮੁੰਦਰੀ ਦੋ ਪੈਣਾ, ਸੁੰਦਰੀ ਤੇ ਮੁੰਦਰੀ ਦੋ ਪੈਣਾ, ਦੁੱਲਾ ਵੀਰ ਸਾਡਾ ਸੁੱਚਾ ਵੀਰ ਗਹਿਣਾ, ਦੁੱਲਾ ਪੱਟੀ ਸਾਡਾ ਸੁੱਚਾ ਵੀਰ ਗਹਿਣਾ। ਕੀ ਹੋਇਆ ਕਿ ਉਹਨਾਂ ਨੇ ਜਦੋਂ ਨਿਕਲਣਾ ਕਰਨਾ, ਤੇ ਉਹਨਾਂ ਨੂੰ ਲੋਕਾਂ ਨੇ ਮਖੌਲ ਕਰਨੇ, ਉਹ ਰਾਮ ਲਾਲ ਚੰਦਰਾ ਮਖੌਲ ਕਰਦਾ, ਵੇਖ ਕੇ ਤੇ ਕੁੜੀਆਂ ਨੂੰ ਤੰਗ ਕਰਦਾ, ਉਹ ਸ਼ਰਮ ਹਯਾ ਦੀ ਉਹਨੇ ਲੱਜ ਤੋੜੀ ਜੀ, ਲੱਜ ਤੋੜੀ ਜੀ, ਲੋਹੜੀ ਦੇ ਦੇ ਲੋਹੜੀ ਤੇਰੀ ਜੀਵੇ ਜੋੜੀ ਜੀ, ਲੋਹੜੀ ਦੇ ਦੇ ਲੋਹੜੀ ਤੇਰੀ ਜੀਵੇ ਜੋੜੀ ਜੀ, ਰਾਹੀਆ ਜਾਣ ਵਾਲਿਆ ਪੈਗਾਮ ਲੈ ਜਾ। ਇੱਕ ਰਾਹੀ ਲੰਘਿਆ, ਉਹ ਰਾਹੀ ਲੰਘਿਆ, ਉਹਨਾਂ ਨੇ ਵੇਖਿਆ ਕਿ ਦੋ ਕੁੜੀਆਂ ਜਿਹੜੀਆਂ ਨੇ ਨਾ, ਉਹ ਬੜੀਆਂ ਸੈਡ ਜਿਹੀਆਂ ਨੇ, ਬੜੀਆਂ ਲੁਕ ਲੁਕ ਕੇ ਚੱਲ ਰਹੀਆਂ ਨੇ ਇੱਜ਼ਤ ਬਚਾ ਕੇ ਆਪਣੀਆਂ ਤੇ। ਉਹਨਾਂ ਨੇ ਉਹਨੇ ਪੁੱਛਿਆ, ਉਹਨੇ ਕਹਿ ਰਿਹਾ ਯਾਰ ਤੂੰ ਕਿੱਥੇ ਚੱਲੇ ਹੈ? ਉਹਨੇ ਕਿਹਾ ਮੈਂ ਦੁਆਬਾ ਲੰਘ ਕੇ ਸਾਰਾ ਮੈਂ ਪਾਰ ਜਾਣਾ, ਤੇ ਮੈਂ ਚਨਿਉੜ ਦੇ ਰਾਹ ਤੋਂ ਅੱਗੇ ਲੰਘ ਜਾਣਾ। ਉਹਨੇ ਕਿਹਾ ਸੁਣਿਆ ਇੱਥੇ ਇੱਕ ਦੁੱਲਾ ਭੱਟੀ ਹੋਇਆ। ਉਹਨੇ ਕਿਹਾ ਹਾਂ, ਕਹਿੰਦੀ ਸੁਣਿਆ ਉਹ ਬੜਾ ਚੰਗਾ ਹੈ, ਗਰੀਬਾਂ ਦੀ ਇਮਦਾਦ ਕਰਦਾ,
ਤੇ ਉਹਨੇ ਕਿਹਾ ਕਿ ਤੁਸੀਂ ਕੀ ਉਹਨੂੰ ਕਹਿਣਾ ਚਾਹੁੰਦੇ ਹੋ, ਕੀ ਗੱਲ ਕੀ ਹੈ, ਦੱਸੋ ਦਿਲ ਦੀ ਗੱਲ। ਰਾਇਆ ਜਾਣ ਵਾਲੇ ਆ ਪੈਗਾਮ ਲੈ ਜਾ, ਦੁਖੀ ਭੈਣਾਂ ਵੱਲੋਂ ਤੂੰ ਸਲਾਮ ਲੈ ਜਾ, ਵੀਣੀ ਵਿੱਚੋਂ ਲਾ ਕੇ ਵੰਗ ਤੋੜੀ ਜੀ, ਵੰਗ ਤੋੜੀ ਜੀ, ਲੋਹੜੀ ਦੇ ਦੇ ਲੋਹੜੀ ਤੇਰੀ ਜੀਵੇ ਜੋੜੀ ਜੀ। ਲੋਹੜੀ ਯਾਨੀ ਕਿ ਸਾਨੂੰ ਤੇਰੀ ਜ਼ਰੂਰਤ ਏ, ਸਾਨੂੰ ਲੋੜ ਏ ਤੇਰੀ। ਹੋ ਟੁੱਟੀ ਹੋਈ ਵੰਗ ਨੇ ਕਮਾਲ ਕਰਤਾ। ਉਹ ਜਦੋਂ ਬੰਦਾ ਲੰਘਿਆ ਨਾ ਤੇ ਪਿੰਡੀ ਪੱਟੀਆਂ ਆਇਆ, ਉਹਨੇ ਕਿਹਾ ਜੀ ਦੁੱਲੇ ਪੱਟੀ ਦਾ ਦੀਵਾਨ ਖਾਨਾ, ਉਹਨੇ ਕਿਹਾ ਜੀ ਦੁੱਲੇ ਪੱਟੀ ਦਾ ਦੀਵਾਨ ਖਾਨਾ ਮਿਲਦਾ ਹੈ। ਉਹ ਗਿਆ, ਉਹਨੇ ਕਿਹਾ ਜੀ ਸਲਾਮ ਅਲੈਕੁਮ ਜੀ, ਮੈਂ ਵੀ ਮੁਸਲਮਾਨ ਹਾਂ। ਉਹਨੇ ਕਿਹਾ ਜੀ, ਉਹਨੇ ਕਿਹਾ ਮੈਂ ਮੁਸਲਮਾਨ ਹਾਂ ਲੇਕਿਨ ਇੱਕ ਹਿੰਦੂ ਭੈਣਾਂ ਦਾ ਮੈਂ ਪੈਗਾਮ ਲੈ ਕੇ ਆਇਆ। ਬਹੁਤ ਅੱਛਾ। ਤੇ ਉਹਨੇ ਕਿਹਾ ਜੀ ਪੈਗਾਮ ਕੀ? ਉਹਨੇ ਕਿਹਾ ਜੀ ਮੈਨੂੰ ਉਹਨਾਂ ਨੇ ਪੈਗਾਮ ਨਹੀਂ ਦਿੱਤਾ, ਉਹਨਾਂ ਨੇ ਇੱਕ ਵੰਗ ਦਿੱਤੀ ਹੈ। ਉਹ ਵੀ ਟੁੱਟੀ ਹੋਈ, ਹੋਏ ਟੁੱਟੀ ਹੋਈ ਵੰਗ ਨੇ ਕਮਾਲ ਕਰਤਾ, ਪੱਟੀ ਦਾ ਗੁੱਸੇ ਨੇ ਰੰਗ ਲਾਲ ਕਰਤਾ। ਹੋ ਟੁੱਟੀ ਹੋਈ ਵੰਗ ਨੇ ਕਮਾਲ ਕਰਤਾ, ਪੱਟੀ ਦਾ ਗੁੱਸੇ ਨੇ ਰੰਗ ਲਾਲ ਕਰਤਾ। ਬਿਜਲੀ ਦੇ ਵਾਂਗ ਉਹਦੀ ਘੋੜੀ ਦੌੜੀ ਜੀ, ਘੋੜੀ ਦੌੜੀ ਜੀ, ਲੋਹੜੀ ਦੇ ਦੇ ਲੋਹੜੀ ਤੇਰੀ ਜੀਵੇ ਜੋੜੀ ਜੀ। ਹੋ ਵੀਰਾ ਲੋਹੜੀ ਦੇ ਦੇ ਲੋਹੜੀ ਤੇਰੀ ਜੀਵੇ ਜੋੜੀ ਜੀ। ਜ਼ਬਰਦਸਤ ਜ਼ਬਰਦਸਤ। ਚੇਤ ਦੇ ਮਹੀਨੇ ਦੁੱਲਾ ਵੀਰ ਆਇਆ ਜੀ, ਚੇਤ ਦੇ ਮਹੀਨੇ ਦੁੱਲਾ ਵੀਰ ਆਇਆ ਜੀ। ਭੈਣਾਂ ਵਾਂਗੂ ਕੁੜੀਆਂ ਨੂੰ ਡੋਲੀ ਪਾਇਆ ਜੀ, ਭੈਣਾਂ ਵਾਂਗੂ ਕੁੜੀਆਂ ਨੂੰ ਡੋਲੀ ਪਾਇਆ ਜੀ। ਰਾਮ ਲਾਲ ਦੀ ਉਹਨੇ ਲੱਤ ਤੋੜੀ ਜੀ, ਲੱਤ ਤੋੜੀ ਜੀ, ਹੋਏ ਲੋਹੜੀ ਦੇ ਦੇ ਲੋਹੜੀ ਤੇਰੀ ਜੋੜੀ ਜੀ। ਇਹ ਤਕਰੀਬਨ ਇਹਦੇ ਕੋਈ 70 ਇੱਕ ਬੋਲ ਨੇ ਲੋਹੜੀ ਦੇ। ਇਹ ਗੱਲਾਂ ਕਰੇ ਕਿ ਕੋਈ ਐਸਾ ਤਿਉਹਾਰ ਆਵੇ ਅਗਲੇ ਸਾਲ, ਔਰ ਇਹਦੀ ਰਿਕੁਐਸਟ ਕਰਾਂਗਾ ਕਿਉਂਕਿ ਸਿਆਣੇ ਆਖਦੇ ਨੇ ਕਿ ਫੌਜਾਂ ਜਦੋਂ ਬਣਦੀਆਂ ਨੇ ਨਾ, ਉਹਨਾਂ ਚ ਸਿਪਾਹੀ ਵੀ ਹੁੰਦੇ ਨੇ, ਉਹਨਾਂ ਚ ਗੋਲੇ ਵੀ ਹੁੰਦੇ ਨੇ, ਉਹਦੇ ਚ ਸਰਕਾਰ ਵੀ ਹੁੰਦੇ ਨੇ, ਜਰਨੈਲ ਵੀ ਹੁੰਦੇ ਨੇ। ਤੇ ਮੈਂ ਸਮਝਣਾ ਕਿ ਜਿਹੜੀ ਇਸ ਵਕਤ ਸਾਡੀ ਇੱਕ ਫੌਜ ਚੱਲ ਰਹੀ ਹੈ ਨਾ, ਤੇ ਉਹਦੇ ਵਿੱਚ ਅਸੀਂ ਤੇ ਫੌਜੀ ਆ ਤੇ ਜਰਨੈਲ ਵਾਲੀਆਂ ਸੀਟਾਂ ਤੇ ਸਾਡੇ ਭੈਣ ਭਰਾ ਬੈਠੇ ਨੇ। ਇਹਨਾਂ ਨੂੰ ਚਾਹੀਦਾ ਕਿ ਇਹ ਅਗਲੇ ਸਾਲ ਲੋਹੜੀ ਕਿਉਂ ਨਾ ਆਪਾਂ ਗੁੱਦਲੇ ਫੱਟੀ ਦੀ ਕਬਰ ਉਸੇ ਰੰਗ ਵਿੱਚ, ਉਸੇ ਰੰਗ, ਕਿਉਂਕਿ ਆਪਣੀਆਂ ਆਪਣੀਆਂ ਕੋਠੀਆਂ 'ਚ ਕਰਨ ਦੀ ਬਜਾਏ ਬੈਟਰ ਏ ਕਿ ਅਸੀਂ ਪਲਾਹ ਕਰ ਲਓ ਜਾਂ ਕਿਸੇ ਸਰਕਾਰੀ ਅਦਾਰੇ ਲਓ, ਅਸੀਂ ਉੱਥੇ ਲੋਹੜੀ ਮਨਾਈਏ ਔਰ ਉਂਝ ਅੱਗ ਬਾਲੀਏ ਔਰ ਉਂਝ ਕਰੀਏ। ਇਹ ਅੱਗ ਉਹ ਵੰਗ ਦਾ ਵਿੱਚ ਜ਼ਿਕਰ ਹੀ ਨਹੀਂ ਆਉਂਦਾ, ਮੈਂ ਲੋਹੜੀ ਪਿੱਛੇ ਜਾ ਸੁਣ ਰਿਹਾ ਸਾਂ। ਉਹ ਕਿਉਂਕਿ ਚੇਤ ਦਾ ਮਹੀਨਾ ਸੀ, ਉਸ ਮਹੀਨੇ ਦੇ ਵਿੱਚ ਕਿਉਂਕਿ ਠੰਡ ਸੀ, ਉਹ ਪੂਰਾ ਇੱਕ ਨਿਜ਼ਾਮ ਸੀ। ਉਹਦੇ ਵਿੱਚ ਦੁੱਲਾ ਰਾਤ ਨੂੰ ਆਇਆ ਸੀ, ਉਹਨਾਂ ਨੇ ਪੈਗਾਮ ਦਿੱਤਾ ਸੀ ਕਿ ਜਿੱਥੇ ਅੱਗ ਬਾਲ ਰਹੀ ਹੋਏਗੀ, ਉਹ ਤੁਹਾਨੂੰ ਦੱਸਿਆ ਨਾ ਉਹਦੇ 72 ਬੋਲ ਨੇ, ਉਹਨਾਂ ਵਿੱਚੋਂ ਉਹ ਅੱਗ ਵਾਲਾ ਵੀ ਇੱਕ ਬੋਲ ਆਏਗਾ। 2-3 ਬੋਲ ਅੱਗ ਵਾਲੇ ਨੇ, ਉਹ ਨਿਸ਼ਾਨੀ ਦੱਸਦੀਆਂ ਨੇ ਕਿ ਉਹ ਪੁੱਛਦਾ ਨਾ ਰਾਈ ਕਿ ਤੁਸੀਂ ਵੰਗ ਹੀ ਦੇਤੀ ਹੈ ਪੁੱਤਰੋ ਮੈਨੂੰ, ਤੇ ਉਹਨਾਂ ਨੂੰ ਉਹਨੇ ਕਿਹਾ ਤੂੰ ਛੱਡ, ਕੁਝ ਗੱਲ ਮਿੱਟੀ ਦੀ ਹੁੰਦੀ ਹੈ, ਅਸੀਂ ਮਿੱਟੀ ਦੀ ਗੱਲ ਕਰ ਰਹੀਆਂ, ਅਸੀਂ ਆਪਣੀਆਂ, ਉਹ ਸਾਡਾ ਪੈਗਾਮ ਸਮਝ ਜਾਏਗਾ। ਉਹਨੂੰ ਦੱਸੀ ਜਿੱਥੇ ਅੱਗ ਬਾਲ ਰਹੀ ਹੋਵੇ ਨਾ, ਉਹ ਤੇਰੀਆਂ ਭੈਣਾਂ ਦਾ ਉਹ ਮੁਕਾਮ ਹੈਗਾ ਜੀ। ਅਤੇ ਉਹ ਕਦੀ ਲੋਹੜੀ ਪੂਰੀ ਸੁਣਾਵਾਂਗਾ ਅਤੇ ਉਹਦੇ 'ਚ ਇਹ ਤੁਹਾਨੂੰ ਇਹ ਪੂਰੀ, ਵਰਨਾ ਲੋਹੜੀ ਸ਼ੁਰੂ ਕਰਾਂਗੇ ਤਾਂ 2 ਘੰਟੇ ਲੋਹੜੀ ਅਸੀਂ ਸ਼ਹੀਦੀ ਦੀਆਂ ਗੱਲਾਂ ਵੀ ਕਰਨੀਆਂ ਨੇ। ਇਹ ਅਸੀਂ ਅੱਗੇ ਦੁੱਲਾ ਭੱਟੀ ਦੀ ਕਹਾਣੀ ਨੂੰ ਅੱਗੇ ਲੈ ਕੇ ਚੱਲਦੇ ਹਾਂ। ਦੇਖੋ ਦੁੱਲਾ ਭੱਟੀ ਦਾ ਕਿਰਦਾਰ ਕਿੰਨੇ ਉਹਦੇ ਪਹਿਲੂ ਤੁਹਾਡੇ ਸਾਹਮਣੇ ਆ ਰਹੇ ਨੇ। ਉਹ ਨਿਰਾ ਇਹ ਨਹੀਂ ਕਿ ਲੜਾਈਆਂ ਪਿਆ ਲੜਦਾ ਅਤੇ ਹਰ ਵੇਲੇ ਉਹ ਕੋਈ ਉੱਚੇ ਉੱਚੇ ਬਿਆਨ ਹੀ ਦਿੰਦਾ ਪਿਆ, ਉਹ ਇੱਕ ਆਮ ਇਨਸਾਨ ਦੀ ਤਰ੍ਹਾਂ ਲੋਕਾਂ ਦੇ ਮਸਲੇ ਵੀ ਹੱਲ ਪਿਆ ਕਰਦਾ। ਬਲਕਿ ਜਿਹੜੇ ਸਾਡੇ ਕਈ ਬਣਾ ਦਿੰਦੇ ਨੇ ਜੋ ਧਾੜੇ ਮਾਰਦਾ ਅਤੇ ਉਹ ਲੁੱਟ ਮਾਰ ਕਰਦਾ, ਕਤਨ ਨਹੀਂ, ਉਹ ਵੀ ਉਹਨੇ ਸਿਰਫ ਜਿਹੜਾ ਮਾਲੀਆ ਜ਼ਬਰਦਸਤੀ ਉਹ ਸਾਡੇ ਮਾੜੇ ਕਿਸਾਨਾਂ ਕੋਲੋਂ ਲੈਂਦੇ ਸੀ, ਉਹਨਾਂ ਨੂੰ ਖੋਹ ਕੇ ਅਤੇ ਵਾਪਸ ਕਰਵਾਉਂਦਾ ਸੀ ਕਿ ਹੋਰ ਲੁੱਟ ਮਾਰ ਨਹੀਂ ਸੀ ਉਹ ਕਰਦਾ ਜੀ। ਜੱਟ ਸਾਹਿਬ ਉਹਦੇ ਵਿੱਚ ਉਹ ਆਗਾ ਲਾਲ ਜਿਹੜਾ ਹੈਗਾ ਨਾ ਕਿ ਜਦੋਂ ਅੱਗ ਉਹਨਾਂ ਨੇ ਭਾਂਬੜ ਬਾਲਿਆ ਨਾ, ਤੇ ਉਹ ਜਿਹੜਾ ਉਹਨਾਂ ਦਾ ਬਾਪ ਸੀ ਨਾ, ਉਹਨਾਂ ਨੇ ਕਿਹਾ, ਉਹਨਾਂ ਕਿਹਾ ਪੁੱਤਰਾ ਤੁਸੀਂ ਅੱਗ ਲਾਤੀ ਰਾਤ ਨੂੰ। ਉਹਨਾਂ ਆਖਿਆ ਹਨੇਰੇ ਦੇ ਵਿੱਚ ਅੱਗ ਜਿਹੜੀ ਹੈ ਨਾ ਉਹ ਰੋਸ਼ਨੀ ਜਿਹੜੀ ਹੈ ਨਾ ਉਹ ਇੱਕ ਅਲਾਮਤ ਹੈ, ਇੱਕ ਖੂਬਸੂਰਤ ਅਲਾਮਤ ਹੈ ਕਿ ਸਾਨੂੰ ਪਤਾ ਹੈ ਕਿ ਸਾਡਾ ਵੀਰ ਆਉਣ ਵਾਲਾ ਹੈ ਔਰ ਇੱਧਰ ਹੀ ਆਏਗਾ ਤੇ ਉਹ ਜਦੋਂ ਅੱਗ ਉਹਨਾਂ ਨੇ ਭਾਂਬੜ ਛਾਂਬੜ ਬਾਲਿਆ ਤੇ ਉਹ ਲੋਕਾਂ ਨੂੰ ਜਿਹੜੇ ਦੂਰ ਦੁਰਾਡੇ ਰਹਿੰਦੇ ਸੀ ਉਹਨਾਂ ਨੇ ਵੇਖਿਆ ਪਤਾ ਨਹੀਂ ਯਾਰ ਉਹ ਹਿੰਦੂਆਂ ਦੇ ਘਰ ਨੂੰ ਅੱਗ ਲੱਗਦੀ, ਉਹ ਲੋਕ ਦੂਰ ਦੁਰਾਡਿਓਂ ਭੱਜ ਕੇ ਆਏ, ਕੋਈ ਥਪਾਕੜੇ ਲਿਆਇਆ, ਕੋਈ ਕਿਹੜੀ ਲਿਆਇਆ ਕਿ ਅਸੀਂ ਅੱਗ ਬੁਝਾਵਾਂਗੇ। ਜਦੋਂ ਉਹਨਾਂ ਨੇ ਆ ਕੇ ਵੇਖਿਆ ਕਿ ਨਹੀਂ ਇੱਥੇ ਤੇ ਅੱਗ ਤੇ ਸਾਈਡਾਂ 'ਤੇ 2 ਕੁੜੀਆਂ ਬੈਠੀਆਂ ਨੇ ਔਰ ਉਹ ਸਿਸਟਮ ਹੀ ਨਹੀਂ ਹੈਗਾ, ਤੇ ਉਹ ਜਦੋਂ ਦੁੱਲਾ ਭੱਟੀ ਆ ਵੜਿਆ ਨਾ ਤੇ ਤਾਰੀਖ ਦੱਸਦੀ ਹੈ ਕਿ ਉਹ ਤੰਗ ਕਰਨ ਵਾਲੇ ਲੋਕ ਵੀ ਜਿਹੜਾ ਨਾ ਉਸੇ ਮਜਮੇ ਦੇ ਵਿੱਚ ਹੀ ਸਨ,
ਤੇ ਦੁੱਲੇ ਭੱਟੀ ਨੇ ਜਦੋਂ ਆ ਕੇ ਉਹਨਾਂ ਨੂੰ ਡੋਲੀ ਪਾਉਣ ਦਾ ਸਾਰਾ ਇਹਤਮਾਮ ਕੀਤਾ ਤੇ ਇੱਕ ਉੱਥੋਂ ਦਾ ਇਮਾਮ ਮਸਜਿਦ ਸੀ ਉਹਨੇ ਦੁੱਲੇ ਭੱਟੀ ਨੂੰ ਆਖਿਆ ਉਹਨੇ ਕਿਹਾ ਪੁੱਤਰ ਤੂੰ ਮੁਸਲਿਆਂ ਦਾ ਬਾਲ ਹੈ ਤੇ ਤੂੰ ਕਿਹੜੇ ਪਾਸੇ ਲੱਗ ਗਿਆ ਤੂੰ ਇਹ ਮੁਸਲਿਆਂ ਦੇ ਮੁੰਡੇ ਜ਼ਖਮੀ ਕਰਦੇ ਨੇ ਤੇ ਕੁਝ ਖਿਆਲ ਕਰ ਤੇ ਉੱਥੇ ਬੜੇ ਤਾਰੀਖੀ ਮੁਕਾਲਮੇ ਨੇ ਉਹ ਕਹਿੰਦਾ ਕਿ ਮੈਂ ਇਸ ਧਰਤੀ ਦਾ ਰਹਿਣ ਵਾਲਾ ਵਾਂ ਤੇ ਧੀ ਹਿੰਦੂ ਦੀ ਹੋਵੇ ਜਾਂ ਮੁਸਲਮਾਨ ਦੀ ਸਿੱਖ ਦੀ ਹੋਵੇ ਜਾਂ ਮਸੀਹ ਦੀ ਇਹ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਇਹ ਸਾਡੇ ਨਬੀ ਪਾਕ ਦਾ ਫਰਮਾਨ ਹੈ ਤੇ ਇਹ ਚੀਜ਼ਾਂ ਤੋਂ ਨਜ਼ਰ ਆਉਂਦਾ ਹੈ ਕਿ ਦੁੱਲੇ ਭੱਟੀ ਦੇ ਮੂੰਹ ਸੁਣ ਕੇ ਆਪਣੇ ਨਬੀ ਦਾ ਨਾਮ ਔਰ ਸਾਰਾ ਸੈਟਅਪ ਤੇ ਪਤਾ ਚੱਲਦਾ ਕਿ ਇਹ ਤਾਰੀਖ ਜਿਹੜੀ ਹੈ ਨਾ ਇਹ ਇਹ ਉਹੀ ਸਾਂਦਲ ਭੱਟੀ ਦੀ ਪਾਗੀ ਜਿਹੜੀ ਵਟਾਉਂਦੀ ਅੱਗੇ ਆ ਰਹੀ ਹੈ ਅੱਗੇ ਆ ਦੇਖੋ ਜੀ ਇਹ ਇਨਸਾਨ ਦੇ ਇੱਕ ਮੁਖਤਲਫ ਰੂਪ ਹੁੰਦੇ ਨੇ ਕਿਧਰੇ ਉਹ ਬਾਪ ਦਾ ਰੂਪ ਇਖਤਿਆਰ ਕਰਦਾ ਕਿਧਰੇ ਉਹ ਸੂਰਮੇ ਦਾ ਰੂਪ ਇਖਤਿਆਰ ਕਰਦਾ ਕਿਧਰੇ ਉਹ ਲੋਕਾਂ ਦੀ ਮਦਦ ਕਰ ਰਿਹਾ ਹੁੰਦਾ ਅਸੀਂ ਹੁਣ ਉਹਦੇ ਅਸਲ ਕਿਰਦਾਰ ਵੱਲ ਆ ਰਹੇ ਹਾਂ ਕਿ ਉਧਰੋਂ ਜਿਹੜਾ ਅਕਬਰ ਬਾਦਸ਼ਾਹ ਉਹ ਕਚੀਚੀਆਂ ਪਿਆ ਵੱਟਦਾ ਯਾਰ ਇੱਕ ਤੁਹਾਡੇ ਕੋਲ ਸਾਂਦਲ ਬਾਰ ਵਿੱਚ ਇੱਕ ਜਿਹੜਾ ਉੱਠ ਪਿਆ ਹੁਣ ਦੁੱਲਾ ਭੱਟੀ ਆਪਣੇ ਪਿਓ ਅਤੇ ਦਾਦੇ ਦਾ ਨਾਂ ਲੈ ਕੇ ਉਹ ਤੁਹਾਡੇ ਕੋਲ ਨੂੰ ਕਿਉਂ ਨਹੀਂ ਠੱਲਿਆ ਜਾ ਰਿਹਾ ਉਹ ਆਪਣੇ ਵੱਡੇ ਵੱਡੇ ਮਨਸਬਦਾਰ ਜਿਹੜੇ ਨੇ ਮਿਰਜ਼ਾ ਨਿਜ਼ਾਮਉਦੀਨ ਅਤੇ ਕਦੇ ਕਿਸੇ ਨੂੰ ਭੇਜਦਾ ਅਤੇ ਉਹਦੀ ਗੱਲ ਕਰੋ ਜੀ ਜ਼ਰਾ ਹਾਂਜੀ ਬਿਲਕੁਲ ਜੀ ਇੱਥੇ ਆਉਂਦੇ ਆਉਂਦਿਆਂ ਪਹਿਲਾਂ ਜਦੋਂ ਦੁੱਲੇ ਭੱਟੀ ਨੇ ਤਲਵਾਰ ਚੁੱਕੀ ਹਜੇ ਤਾਂ ਉਹ ਕਿਸਾਨਾਂ ਦਾ ਗਮੋਰੀ ਹਜੇ ਉਹਨੂੰ ਪਤਾ ਹੀ ਨਹੀਂ ਕਿ ਮੇਰਾ ਪਿਓ ਦਾਦਾ ਕੀ ਹੈ ਉਹ ਕਦੀ ਹਿੰਦੂ ਦੀ ਮਦਦ ਕਰ ਰਿਹਾ ਕਦੀ ਮੁਸਲਮਾਨ ਦੀ ਕਰ ਰਿਹਾ ਕਿਤੇ ਮਾੜੇ ਦੀ ਕਿਸੇ ਦੁਬਲੇ ਦੀ ਜਿਸ ਤਰ੍ਹਾਂ ਵੀ ਲੇਕਿਨ ਇੱਕ ਟਰਨ ਆਈ ਜ਼ਿੰਦਗੀ ਦੇ ਵਿੱਚ ਟਰਨ ਇਹ ਆਈ ਕਿ ਦਾਈਆ ਨੇ ਆ ਕੇ ਆਖਿਆ ਕਿ ਲੱਦੀ ਮਾਂ ਤੈਨੂੰ ਮੁਬਾਰਕ ਹੋਵੇ ਤੇਰੀ ਨੂੰਹ ਮਾਂ ਬਣ ਵਾਹ ਵਾਹ ਨਸਲ ਤੁਰ ਪਈ ਨਸਲ ਤੁਰ ਪਈ ਅੱਲਾ ਨੇ ਕਰਮ ਕੀਤਾ ਸੱਦੀ ਲੱਦੀ ਸੰਦੂਕ ਖੋਲਿਆ ਪੁਰਖਾਂ ਦਾ ਆਏ ਹਾਏ ਹਾਏ ਲੱਦੀ ਸੰਦੂਕ ਖੋਲਿਆ ਪੁਰਖਾਂ ਦਾ ਲੱਦੀ ਸੰਦੂਕ ਖੋਲਿਆ ਪੁਰਖਾਂ ਦਾ ਵੱਡ ਵਡੇਰਿਆਂ ਦਾ ਬੱਲੇ ਆਪਣੇ ਸਿਰ ਦੇ ਤਾਜ ਦੇ ਲਹੂ ਨੂੰ ਹਵਾ ਲੱਗ ਗਈ ਕਿਆ ਬਾਤ ਸਾਂਦਲ ਭੱਟੀ ਦੀ ਪੱਗ ਸੀਨੇ ਨਾਲ ਲਾਈ ਕਿਆ ਬਾਤ ਦੱਬੀ ਹੋਈ ਅੱਗ ਲੋਕੋ ਫੇਰ ਜਗ ਪਈ ਬੱਲੇ 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 ਮਾਤਾ ਲੱਦੀ ਨੇ ਆਪਣੇ ਸ਼ੌਹਰ ਦੀ ਜਿਹੜੀ ਉਹਨੂੰ ਲਾਹੌਰੋਂ ਚਾਦਰ ਲੱਭੀ ਸੀ ਖਾਲੀ ਉਹ ਚਾਦਰ ਖੂਨ ਦੀ ਭੜੀ ਉਹਨੇ ਦੁਬਾਰਾ ਸਿਰ ਤੇ ਲਈ ਤੇ ਕਬਰਸਤਾਨ ਵੱਲ ਟੁਰ ਪਈ ਬੱਲੇ ਤੇ ਜਾ ਕੇ ਸਾਂਦਲ ਪੱਟੀ ਦੀ ਕਬਰ ਤੇ ਖਲੋ ਹਾਂਜੀ ਇਹ ਫਰੀਦ ਪੱਟੀ ਦੀ ਸਾਂਦਲ ਪੱਟੀ ਦੀ ਫਰੀਦ ਪੱਟੀ ਲਾਹੌਰ ਦਫਨਾਇਆ ਗਿਆ ਸਾਂਦਲ ਪੱਟੀ ਦੀ ਲਾਸ਼ ਯਾਨੀ ਆਪਣੇ ਸਹੁਰੇ ਦੀ ਆਪਣੇ ਸਹੁਰੇ ਦੀ ਆਪਣੇ ਸਹੁਰੇ ਦੀ ਜਾ ਕੇ ਸਾਂਦਲ ਪੱਟੀ ਦੀ ਲਾਸ਼ ਤੇ ਉਹਦੀ ਕਬਰ ਤੇ ਖਲੋ ਗਈ ਤੇ ਉੱਥੇ ਮੇਰੇ ਵੱਲ ਸਾਹਿਬ ਲਿਖਦੇ ਨੇ ਹਾਂਜੀ ਕਿ ਫੁੱਲ ਪਾ ਕੇ ਸ਼ਹੀਦਾਂ ਦੀਆਂ ਕਬਰਾਂ ਤੇ ਆਏ ਹਾਏ ਜ਼ਖਮੀ ਸ਼ੇਰਨੀ ਖਲੋਤੀ ਚਟਾਨ ਵਾਂਗੂ ਵਾਹ ਹੱਥ ਬੰਨ ਕੇ ਬਾਰਗਾਹ ਇਲਾਹੀ ਵਿੱਚ ਦੁਆ ਮੰਗੇ ਪੱਕੇ ਮੁਸਲਮਾਨ ਵਾਂਗੂ ਇਹਨਾਂ ਕੁਰਬਾਨੀਆਂ ਦਾ ਅਜਰ ਹੋਣ ਦੇ ਮੌਲਾ ਬਹੁਤ ਜ਼ਾਲਮ ਮਿਟਾ ਦੇ ਬੁਰੇ ਨਿਸ਼ਾਨ ਵਾਂਗੂ ਕਿਆ ਬਾਤ ਅਕਬਰ ਦੇ ਬਾਦਸ਼ਾਹ ਦੇ ਦੀਨ ਦੇ ਕਰੇ ਟੱਕਰੇ ਬਹੁਤ ਅੱਛੇ ਮੇਰਾ ਪੁੱਤਰ ਅਕਬਰ ਬਾਦਸ਼ਾਹ ਦੇ ਦੀਨ ਦੇ ਕਰੇ ਡਕਰੇ ਚੜ ਜਾਏ ਕਿਲਿਆਂ ਤੇ ਲਾਲ ਤੂਫਾਨ ਵਾਂਗੂ ਬਹੁਤ ਅੱਛੇ ਰੱਬ ਨੇ ਕਰਮ ਕੀਤਾ ਖੂਨ ਨੇ ਖਿੱਚ ਕੀਤੀ ਵਾਹ ਜੀ ਦੁੱਲਾ ਭੱਟੀ ਆਇਆ ਕਬਰਸਤਾਨ ਵੱਲੇ ਵਾਹ ਵਾਹ ਮੇਲ ਹੋਣਾ ਸੀ ਨਾ ਉਹਨੂੰ ਉਹਨੇ ਮੰਦਰ ਵੇਖਿਆ ਕਿ ਮਾਂ ਕੀ ਕਰਦੀ ਮੇਰੀ ਮਾਂ ਕਿਹਦੀ ਕਬਰ ਤੇ ਖਲੋਤੀ ਕਦੇ ਮੈਨੂੰ ਦੱਸਿਆ ਹੀ ਨਹੀਂ ਮੇਰੇ ਨਾਲ ਗੱਲਬਾਤ ਹੀ ਨਹੀਂ ਮੈਨੂੰ ਪਤਾ ਹੀ ਨਹੀਂ ਜਲਾਲ ਪੱਟੀ ਨੇ ਦੱਸਿਆ ਉਹਨੇ ਆਖਿਆ ਜਿਹੜੀ ਚਾਦਰ ਪਛਾਣ ਇਹ ਕੀ ਹੈ ਚਾਚਾ ਉਹਨੇ ਕਿਹਾ ਇਹ ਤੇਰੇ ਪਿਓ ਦੀ ਹੈ ਤੇਰਾ ਪਿਓ ਮੁਗਲਾਂ ਨੇ ਮਾਰਿਆ ਸੀ ਤੇਰਾ ਦਾਦਾ ਮੁਗਲਾਂ ਨੇ ਮਾਰਿਆ ਸੀ ਤੂੰ ਐਵੇਂ ਜਵਾਨ ਬਣੀ ਫਿਰਨਾ ਕਦੀ ਇੱਧਰ ਸੁੰਦਰੀ ਤੇ ਮੁੰਦਰੀ ਦੀ ਮਦਦ ਕਰਨਾ ਕਦੀ ਇੱਧਰ ਕਰਨਾ ਆਪਣੀ ਤਾਂ ਕੀਤੀ ਓਏ ਆਪਣੀ ਕੁਝ ਤਖਤੀ ਸੇਕ ਇਹਨੂੰ ਲਿਖ ਕੇ ਵਿਖਾ
ਮੇਰੂ ਪੋਸਤੀ ਤੇ ਡੋਗਰ ਖਾਨ ਦੁੱਲੇ ਦਾ ਬੇਲੀ ਸੀ। ਡੋਗਰ ਖਾਨ ਨੇ ਦੱਸਿਆ, ਉਹਨੇ ਕਿਹਾ ਇਸ ਗੱਲ ਦਾ ਮੈਨੂੰ ਵੀ ਪਤਾ ਦੁੱਲਿਆ। ਮੇਰੂ ਪੋਸਤੀ ਨੇ ਆਖਿਆ ਮੈਨੂੰ ਵੀ ਪਤਾ ਹੈ, ਪਰ ਮੇਰਾ ਪਿਓ ਵੀ ਤੇ ਤੇਰੇ ਪਿਓ ਦੇ ਨਾਲ ਮਾਰਿਆ ਗਿਆ ਸੀ, ਤੇ ਮੈਂ ਉਦੋਂ ਵੱਡਾ ਸਾਂ ਦੁੱਲਿਆ, ਮੈਂ ਪੋਸਤ ਪੀ ਪੀ ਕੇ ਆਪਣਾ ਆਪ ਮਾਰ ਕੇ ਲਗਾ ਫਿਰਨਾ। ਤੂੰ ਜੇ ਹੁਣ ਉੱਠ ਪਿਆ ਤੇ ਚੱਲ ਫਿਰ ਮੁਗਲਾਂ ਦਾ ਕਾਫਲਾ ਡੱਕੀਏ। ਤਾਰੀਖ ਦੱਸਦੀ ਏ ਕਿ ਜਦੋਂ ਦਿਨ ਬੰਦੇ ਦੇ ਆ ਪੈਂਦੇ ਤੇ ਬੱਕੇ ਮਲਕੇਰੇ ਦੇ ਦਿਨ ਆ ਗਏ। ਬੱਕੇ ਮਲਕੇਰੇ ਨੇ ਸ਼ਾਹ ਹੁਸੈਨ ਤੱਕ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ, ਸ਼ਹਿਜ਼ਾਦੇ ਸਲੀਮ ਦੀ ਸਿਫਾਰਿਸ਼ ਤੇ ਸ਼ਾਹ ਹੁਸੈਨ ਨੂੰ ਛੱਡਤਾ ਗਿਆ। ਔਰ ਇਹ ਕਿਹਾ ਗਿਆ ਕਿ ਸ਼ਾਹ ਹੁਸੈਨ ਤੇ ਨਜ਼ਰ ਰੱਖੋ, ਇੱਕ ਬਾਗੀ ਟੀਮ ਇਕੱਠੀ ਤੇ ਨਹੀਂ ਕਰ ਰਹੇ। ਲੋਕਾਂ ਨੂੰ ਇਕੱਠਿਆਂ ਕਰਕੇ ਬੱਕਾ ਮਲਕੇਰਾ ਕਾਬਲ ਵੱਲ ਜਾ ਰਿਹਾ ਸੀ। ਰਸਤੇ ਦੇ ਵਿੱਚ ਇੱਕ ਪੜਾਓ ਆਇਆ, ਆਖਿਆ ਇੱਥੇ ਪੜਾਓ ਕਰੋ, ਤੇ ਜਗ੍ਹਾ ਪਛਾਣ ਗੌਰ ਨਾਲ, ਉਹਦੇ ਨਾਲ ਮੈਦਾ ਖੱਤਰੀ ਸੀ, ਤਾਰੀਖ ਦਾ ਇੱਕ ਵੱਡਾ ਖੇਤਰ। ਉਹ ਦਿੱਲੀ ਤੋਂ ਆਇਆ ਸੀ, ਉਹਨੇ ਕੁਛ ਇੱਥੋਂ ਜ਼ਾਹਿਰ ਹੈ ਕੁਛ ਕਾਬਲ ਤੋਂ ਲੈ ਕੇ ਕੁਛ ਚੀਜ਼ਾਂ ਦਿੱਲੀ ਜਾਣੀਆਂ ਸਨ। ਸਹੀ ਹੈ। ਉਸ ਆਖਿਆ ਸਰਕਾਰ ਇੱਥੇ ਖਲੋਣਾ ਠੀਕ ਨਹੀਂ। ਬੱਕੇ ਮਲਕੇਰੇ ਨੇ ਆਖਿਆ ਕਿਉਂ? ਉਹਨਾਂ ਆਖਿਆ ਚਨਾਹ ਦਾ ਇਲਾਕਾ ਸ਼ੁਰੂ ਹੋ ਗਿਆ, ਦੋਵਾਂ ਪਾਸੇ ਦਰਿਆ ਨੇ, ਅਤੇ ਇੱਥੇ ਮੈਂ ਬਹੁਤ ਅਰਸਾ ਪਹਿਲਾਂ ਇੱਕ ਜੰਗ ਵੇਖੀ ਹੈ ਜਿਹਦੇ 'ਚ ਸਾਨੂੰ ਸ਼ਿਕਸਤ ਹੋਈ ਸੀ, ਅਤੇ ਅਸੀਂ ਫਿਰ ਉਸ ਇਲਾਕੇ 'ਚ ਆ ਗਏ ਹਾਂ, ਅਤੇ ਇੱਥੇ ਖਲੋ ਰੁਕੋ ਨਾ, ਪੰਜਾਬ ਕ੍ਰਾਸ ਕਰ ਜਾਈਏ, ਅੱਗੇ ਜਾ ਕੇ ਖਲੋਣਾ। ਬੱਕਾ ਮਲਕੇਰਾ ਊੜ ਮੱਤ ਸੀ, ਉਹਨੇ ਆਖਿਆ ਫਿਰ ਸਾਨੂੰ ਕਿਹੜਾ ਪੁੱਛਣਾ, ਉਹਨੇ ਕਿਹਾ ਇੱਥੇ ਸਾਨੂੰ ਕਿੰਨੇ ਪੁੱਛਣਾ, ਜ਼ਰਾ ਗੌਰ ਨਾਲ ਵੇਖ, ਇਹੋ ਹੀ ਜਗ੍ਹਾ ਹੈ ਜਿੱਥੇ ਮੈਂ ਫਰੀਦ ਭੱਟੀ ਨੂੰ ਗ੍ਰਿਫ਼ਤਾਰ ਕਰਕੇ ਲੈ ਕੇ ਗਿਆ ਸੀ। ਉਹਨੂੰ ਤਾਂ ਆਪਣੇ ਹੀ ਸੀ ਨਾ, ਇੰਨੀ ਦੇਰ ਬਾਦਸ਼ਾਹ ਦੇ ਗੋਲੇ ਆ, 1,500 ਤੋਲੇ ਦਾ ਖੁੰਡਾ ਲੈ ਕੇ ਦੁੱਲਾ ਪੱਟੀ ਮੁਗਲਾਂ ਦੇ ਢਿੱਡਾਂ ਪਿਆ। ਆਖਿਆ ਅੱਜ ਮੈਂ ਉਸੇ ਫਰੀਦ ਪੱਟੀ ਦਾ ਬਦਲਾ ਲੈਣ ਆਇਆ, ਔਰ ਮੈਨੂੰ ਪਤਾ ਲੱਗ ਗਿਆ ਕਿ ਤੂੰ ਬੱਕਾ ਮਲਕੇਰੇ, ਆਪਣੀ ਤਲਵਾਰ ਕੱਢ ਤੇ ਮੇਰੇ ਨਾਲ ਲੜ ਲੜ। ਹਾਂ ਜੀ, ਪਤਾ ਲੱਗੇ। ਤਾਰੀਖ ਦੱਸਦੀ ਏ ਬੱਕੇ ਮਲਕੇਰੇ ਨੂੰ ਲਲਕਾਰਿਆ ਦੁੱਲੇ ਪੱਟੀ ਨੇ, ਔਰ ਉਹਨੇ ਅੱਗੋਂ ਬੇਵਾਕੂਫੀ ਕੀਤੀ। ਹਾਂਜੀ, ਉਸ ਆਖਿਆ ਮੈਂ ਵੱਡਾ ਜੰਗ ਜੂ ਆ, ਤੂੰ ਇਹ ਬਾਲ ਏ, ਉਸ ਆਖਿਆ ਕੋਈ ਨਾ ਲੜਾਈ ਦੇ ਵਿੱਚ ਆਵੇ, ਮੈਂ ਦੁੱਲੇ ਨਾਲ ਲੜਾਂਗਾ। ਔਰ ਦੁੱਲੇ ਨੂੰ ਪਤਾ ਸੀ ਕਿ ਮੇਰੇ ਬਾਪ ਦਾ ਕਤਲ ਇਹਨੇ ਕੀਤਾ ਸੀ, ਦੁੱਲੇ ਨੂੰ ਇਹ ਦੱਸ ਦਿੱਤਾ ਗਿਆ ਸੀ ਕਿ ਤੇਰੇ ਦਾਦੇ ਦਾ ਕਤਲ, ਇਹ ਮੋਰੀ ਸੀ ਲਾਹੌਰ ਦਾ, ਇਹ ਉਹ ਬੰਦਾ ਏ ਬੱਕਾ ਮਲਕੇਰਾ। ਤਾਰੀਖ ਦੱਸਦੀ ਏ ਕਿ ਜਵਾਨ ਕੱਲਾ ਲੜਿਆ, ਮਾਰ ਕੇ ਤਲਵਾਰ ਦੀ ਸੱਟ ਤੇ ਬੱਕੇ ਮਲਕੇਰੇ ਦਾ ਸਿਰ ਲਾ ਦਿੱਤਾ। ਬੱਕੇ ਮਲਕੇਰੇ ਦਾ ਸਿਰ ਮੈਦੇ ਖੱਤਰੀ ਨੂੰ ਦਿੱਤਾ, ਆਖਿਆ ਜਾ ਅਕਬਰ ਬਾਦਸ਼ਾਹ ਦੇ ਕੋਲ ਲਾਹੌਰ। ਉਸ ਆਖਿਆ ਜੀ ਤੇ ਦਿੱਲੀ, ਆਖਿਆ ਤੂੰ ਦਿੱਲੀ ਜਾ, ਤੇ ਦਿੱਲੀ ਜਾ ਕੇ ਦੱਸ ਕਿ ਇਹਨੂੰ ਮੈਂ ਮਾਰਤਾ ਹੀ, ਹੁਣ ਆਪਣਾ ਓਕੇ ਕਰ, ਜਾਂ ਉਹ ਮੈਨੂੰ ਮਾਰ ਦੇਵੇ ਤੇ ਜਾਂ ਮੈਂ ਉਹਨੂੰ ਮਾਰ ਦਿਆਂ। ਬਿਲਕੁਲ ਬਦਲ ਦੇ ਕੇ ਦੁਸ਼ਮਣ। ਓ ਲੋਕੋ ਮੈਦਾ ਜਾ ਕੇ ਕੂਕਿਆ, ਯਾਰੋ ਅਕਬਰ ਦੇ ਦਰਬਾਰ, ਇੱਕ ਜੰਮਿਆ ਪਿੰਡੀ ਵਿੱਚ ਸੂਰਮਾ, ਉਹ ਮਾਈ ਲੱਦੀ ਦੇ ਕਰ ਲਾਲ, ਉਹ ਪੱਟੀ ਖੋ ਕੇ ਖਾ ਗਿਆ ਓਏ ਡਾਲੀਆਂ, ਨਾਲ ਖੋ ਕੇ ਲੈ ਗਿਆ ਮਾਲ, ਉਹਦੇ ਜੰਮਣ ਨੂੰ ਰੋਣ ਰਾਣੀਆਂ। ਖੈਰ, ਅਕਬਰ ਬਾਦਸ਼ਾਹ ਨੇ ਹੁਕਮ ਦਿੱਤਾ, ਉਹਨੇ ਆਖਿਆ ਹੈ ਇਹ ਕੌਣ ਹੈ? ਉਸ ਆਖਿਆ ਫਰੀਦ ਭੱਟੀ ਦਾ ਪੁੱਤਰ ਤੇ ਸਾਂਦਲ ਭੱਟੀ ਦਾ ਪੋਤਰਾ। ਉਸ ਆਖਿਆ ਇਹਦਾ ਮਤਲਬ ਅਸੀਂ ਸੱਪ ਮਾਰ ਦਿੱਤਾ ਸੀ, ਸਪੋਲੀਆ ਛੱਡ ਦਿੱਤਾ ਸੀ। ਆਖਿਆ ਕੋਈ ਹੈ ਜਿਹੜਾ ਜਾ ਕੇ ਉਹਨੂੰ ਗ੍ਰਿਫ਼ਤਾਰ ਕਰਕੇ ਲਿਆਵੇ। ਤੇ ਅਲੀ ਜਾ ਕੰਦਾਲੇ ਦਾ ਜਿਹੜਾ ਕਿਲਾ ਸੀ ਨਾ, ਇਹ ਉਸ ਦੌਰਾਨ ਹੀ ਫਤਿਹ ਹੋਇਆ, ਔਰ ਇਹ ਸਭ ਤੋਂ ਆਖਿਰ ਤੇ ਇਹ ਕਿਲਾ ਫਤਿਹ ਹੋਇਆ ਸੀ। ਤੇ ਕੰਦਾਲੇ ਦਾ ਕਿਲਾ ਫਤਿਹ ਕਰਨ ਵਾਲੇ ਸੂਰਮੇ ਦਾ ਨਾਮ ਸੀ ਮਿਰਜ਼ਾ ਨਿਜ਼ਾਮਦੀਨ, ਇੱਕ ਸੂਰ ਦਾ ਰਹਿਣ ਵਾਲਾ ਸੀ, ਬੜਾ ਬਹਾਦਰ ਸੀ। ਉਸ ਆਖਿਆ ਸਰਕਾਰ ਜੇ ਇਜਾਜ਼ਤ ਹੋਵੇ ਤੇ ਮੈਂ ਅਸੀਂ ਹਾਜ਼ਰ ਹਾਂ, ਅਸੀਂ ਕੰਦਾਲੇ ਪੂਰਾ ਲੜ ਕੇ ਆਇਆ। ਉਹਨੇ ਆਖਿਆ ਕਿ ਇਹ ਤੇ ਬੜੀ ਗੱਲ ਏ ਕਿ ਤੁਸੀਂ ਜਾਓ ਔਰ ਜਾ ਕੇ ਦੁੱਲੇ ਪੱਟੀ ਨੂੰ ਜ਼ਿੰਦਾ ਗ੍ਰਿਫ਼ਤਾਰ ਕਰਕੇ ਮੇਰੇ ਸਾਹਮਣੇ, ਮੈਂ ਵੇਖਣਾ ਹੈ ਕਿ ਕਿਹੜਾ ਏਡਾ ਜਿਹੜਾ ਅਕਬਰ ਬਾਦਸ਼ਾਹ ਗਿਆ ਉੱਠ ਪਿਆ। ਹਾਂਜੀ, ਲੋਕੋ ਜਦੋਂ ਚੜਿਆ ਮਿਰਜ਼ਾ ਨਿਜ਼ਾਮਦੀਨ, ਸੱਤ ਪੰਜ ਬਈ ਪੈ ਗਈ ਦੂਰ ਓਏ, ਫੌਜੀਆਂ ਨੇ ਮੁੱਛਾਂ ਮਰੋੜੀਆਂ,
ओ जाना पिंडी अज जरूर होए। फौजां चढ़ियां उधरों दुल्ला सवेरे सवेरे अपने जमीन दे नाल उन्हें मशकां लातियां। जिहड़े किसान सन उन्हां कोलों कई टकवे छुड़वा के तलवार दी मशक करनी शुरू कर दिती। और सिखाण वाला ओही गुलाब खां जिहड़ा लाहौर किले तो बुजुर्ग वापस गया सी, कैद कट के गया सी, उहने ओह सिखाणा शुरू कीता। दुल्हे पट्टी ने एक नवी तहरीक शुरू हो गई, हर पासे रौला पै गया। हाँ। पक्का मलकीरा मारिया गया, दुल्हे पट्टी मार दिता, मशहूरी हो गई। हाँ। और उदे प्यो दादे नालों ज्यादा हो गई, क्योंकि जिन्हें प्यो दादे नु मारिया सी उन्हें उन्हें पहले चटके मार दिता, उत्थे ही मार दिता। ते दुल्हे पट्टी ने लैके ते अपना एक नवा सिस्टम, एक नवा किसाना नु एक नवी मशक शुरू कीती। अली जा इत्थे मिर्जा निजामुद्दीन दे आन तो पहला एक बामन नजूमी जिदा नाम खतरा लिखा गया, ठीक है, वो आया। ओ सुबह सुबह फाल कढ़दा फिरे। ओ दुल्हे पट्टी दी बुढ़ी ने उनू क्या के लै बुजुर्गा तू लस्सी पी लै, एवें थकिया फिरना है। उन्हें उन्हें दिता, उन्हें कहा बेटा तू बड़ी भाग्यशाली है, इस घर की बहू है क्या? उन्हें कहा जी मैं इस घर दी नूह हां। मां लद्दी बोली आख्या नूह नहीं जी मेरी धी है। उस आख्या मां अगर तू कहे तो मैं इस कन्या का हाथ देखूं। उन्हें कहा वे बुजुर्गा तू बुजुर्ग है, तेरी धिया वर्गी तू वेख ला, चल दुआ ही देगा ना, बाकी असि मुसलमान असि आने वाले वक्त नु सवाए रब तो नहीं मानदे। उस आख्या नहीं, फिर भी उन्हें जो हाथ वेख्या उन्हें आख्या ओहो हो हो। उन्हें कहा पुत्रा जो तेरा वर है बड़ा दलेर और ना डर है, और उसका किसी बड़े के साथ बैर है, ये 7 दिन उसकी हार है, 8वें दिन खैर है। अच्छा, उन्हें कहे की कह रहे हैं बुजुर्ग? उन्हें कहा 7 दिन तेरा जड़ा सितारा है ना पोते गर्दिश किसी तरीके नाल अपने खामंद नू इत्थों कढ़, 7 दिन परा रख दे, कोई काम खराब हो जाएगा। उन्हें कहा ठीक है। मां ने बहाना दे नाल रहमत खान कोले दुल्हे पट्टी नू भेज दिया, टोर दिता उस पासे कि तू चनी उठ चल वे। हुण दुल्हा पट्टी जदों गया ते पिछो मिर्जा निजामुद्दीन ने हमला कर दिता। मिर्जा निजामुद्दीन ने आके हमला कीता, उहदे विच निरुपोस्ता भी मारिया गया, डोगर खां भी मारिया गया, होर भी लोग मारे गए। आखिरकार वो फुलरां दीआं ते मालदी दीआं मुश्कां बन लईआं, ते मिर्जा निजामुद्दीन ने इन्हां नूं अगे ला के ते बांधां लै के टुर पैंदा मिर्जा निजामुद्दीन। ये बांधां नूं समझना बड़ा ही जरूरी है। तरीकाकार की सी जुलम दी, ये भी एक इंतहा सी कि बीबियां नूं घोड़ी ते या किसी भी सवारी ते बाणा ते काठी दे नाल उहनां दे वाल बंध देणे कस के ये बांधा होंदी। फिर दूजी बांध होंदी सी जिहड़ा बंदा है ना कोई जणा है ना उहदे हथ पैर या जिस तरह भी उहनूं बन्न के तो उहनूं घोड़ी दे पिछे पिछे कहना पैदल टुरी आ लो जी अगे गल टुरो। बांधा लै के मिर्जा निजामुद्दीन टुर पिया। हाँ जी, इत्थे तारीख दे एक ऐसे बंदे दा जिक्र है वाह कि जिन्हें कदी सांदल पट्टी का साथ नहीं सी दिता। बहुत अच्छे। ते ना ही फरीद पट्टी का साथ दिता। इस बुजुर्ग का नाम सी बुढ़ लाल लाल खां। बुढ़ लाल लाल खां ये रावी दे नाल जिहड़ी पहली पिंडी सी ना रत्ती पिंडी ये उहदा सुल्तान सी। हाँ जी, हाँ जी। ते 150 साल का बंदा सी। बल्ले उन्हें जांदिया मुगलों की फौज कली वेखी। वापसी ते जो सुबह सुबह वह मसीते आया उन्हें वेखिया के नाल बीबियां ते बच्चे ने बंदा लई जांदे ने। ये बच्चियां ते बीबियां साढ़े पंजाब दियां ने। उस मसीते नगारे ते सट मारी। वाह वाह। नगारे ते सट मार के चोप दिती, सारे लोग कट्ठे हो गए। लोगों ने पुछया कि हाँ भाई बाबा की गल है? उस आख्या पुत्रो ए जड़ियां औरतां ने मुगल लई जांदे ने ये कौन ने? उहदे पोतरे दोतरे अगो बोले, उन्हें आख्या आबा दादा नाना बुजुर्गा ए दुल्हे पट्टी दीआं बांधां ने उहनां नूं लई जांदे ने, ते दुल्हा पट्टी ओ जिन्ने तेरे पुत्र दा सिर वढ के साडे अबे दा सिर वढ के ते खेडू टल्ला खेडिया सी। हां हां। ओ कहिंदा सी गद्दार ए मुगलां दा साथी ए। हां
लेकिन हुण इंज करिए जे इह साडियां धीआं पंजाब दीआं अज लाहौर लै गए ना ते बड़ा काम खराब हो जाएगा ते आओ मेरे नाल रलो ते ए मुगल इस टाइम मलम पट्टी कर रहे ने जंग तो वापस आए ने ए जे सुते ने ते इन्हां नूं पै जाईए सही है तारीख दसदी है ओ लोको चढ़िया बुढड़ा लाल खां बीबियां बालां नूं सद के नाल होए सुती पई फौज उत्ते चढ़ गया तारीख ने लिखिया कमाल होए इन्नी देर नू दुल्ला आ गया मिर्जा निजाम दीन दा बुरा हाल होए क्योंकि उन्हें नशा किया सी दुल्ले ने आके सारा सिद्धा कर लिया जेड़े वेले मिर्जे निजाम दीन दे सिर लान लगा दुल्ला भज के माई लद्दी दे पैर पै गया आखिया मां मेरी जान बचा मैं ते हुकम दा गुलाम आ मां ने आख्या वे पुत्रा अगे पैर नु शेर नहीं शेर नहीं खांदे ते तू शेर है ते लिहाजा के इनू माफ कर दे ओनू माफ कीता गया ते ओने अगो एक मशवरा दिता ओने कहा मां मैं वादा करना के मैं कोशिश करांगा शहजादे सलीम दी सिफारिश लैके नाल के दुल्ले पट्टी नू किसे तरीके नाल अकबर बादशाह दे नाल मिला के ये लड़ाई मुका दीए वाह 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 मां ने कहा ठीक है पुत्रा लड़ाई ते केड़ी मुकनी सी जिन्ने मेरे बंदे नू मारिया सी मैं ओदा सिर वडवाता है उस आख्या पुत्रा मैं बक्के मलकेरे ने मरवाता है जिंदाबाद रही अकबर दी गल ओ जदो मेरे पुत्र दी दाढ़ थल्ले आया ते रगड़ के ओनू भी नहीं ओने कहा रगड़ के रख दे खैर ओ गया मिर्जा निजामुद्दीन ने जाके सिफारिश कीती कि तुसी दुल्ले पट्टी नू अपनी हकूमत दे विच ले लवो सूबा लाहौर ते सूबा मुल्तान दा गवर्नर जनरल बना दियो इहदे नाल पंजाब मजबूत हो जाएगा एह गल अकबर बादशाह नू पसंद आई या ना आई लेकिन अबुल फजल ने इस गल नू चुक के रखिया उस आखिया है ते गल ही बड़ी अच्छी है अगर यह हो जाए तो बड़ी गल है तारीख दसती है कि फिर एक परवाना जारी होया और परवाना जारी पहला तो सांदल पट्टी वास्ते होया सी ना कि मुजाकरात करो हाँ जी हुण परवाना जारी होया फिर कि दुल्ले पट्टी नू दरबार दे विच बुलाया जाए और उहदे नाल मुजाकरात कीते जाए बहुत अच्छे दुल्ला पट्टी जदों तैयारी करन लगा तो एक फकीर एक दरवेश जिन्नू शाह हुसैन लोग आखते हाय हाय बड़ी वड्डी हस्ती है जी कहे मस्ती दे विच रावी दे कंडे तमाल पा रहे सन ते दुल्ले नू वेख्या ते दुल्ले नू वेख्या ते लोकां नू कहन लग पए कि इधर आओ तुहानू फकीर विखावां शाह हुसैन अपने जिहड़े मुरीद हैं ला कहिंदे ने इधर आओ तुहानू फकीर विखावां फकीर आप ते सूरमे नू फकीर सूरमे नू कहिंदा ए फकीर जे असल फकीर है जे उन्होंने पूछे ना उन्होंने कहा जी दुल्ले पट्टी ने अगों क्या उन्होंने कहा सरकार तुसी दरवेश लोग हो मैं कहदा फकीर हां फकीर तारीख साज मेरे वाल शब्द बोल नू कहंदे ए इश्क दे कुंगरू ने जड़े तू पाए मैं पाए ए इश्क दे कुंगरू ने जड़े तू पाए मैं पाए तै जाहिर विच छनकाए मैं बातन विच छनकाए ए इश्क दे कुंगरू ने जड़े तू पाए ते मैं पाए आख्या जी मैनू समझ नहीं आ रही आख्या पुत्रा जे ए दौर खत्म करना है ना ते सिर देना पेगा लड़के वेख ले आई हुण दरवेश दी गल मन बहुत अच्छे ते तारीख दसती है हां जी कि दुल्ला पट्टी लाहौर किले दे विच हाजिर होया हां जी दरबारी ने ऐलान कीता हां जी चौबदार सब सब इकट्ठे हो गए दरबार लग गया हां जी आख्या जी नाम अब्दुल्ला भट्टी पिसरे गुलाम फरीद पट्टी मोजा सकना सांदल बार पिंडी पट्टियां हाँ जी हाँ जी
ਵਾਸਤੇ ਮੁਜ਼ਾਕਰਾਤ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਹੋਵੇ। ਅਕਬਰ ਬਾਦਸ਼ਾਹ ਨੇ ਦੁੱਲੇ ਭੱਟੀ ਨੂੰ ਵੇਖਿਆ ਚੌੜਾ ਹੋ ਕੇ ਟੁਰਦਾ ਅੰਦਰ ਆਉਂਦਾ। ਉਸ ਆਖਿਆ ਮੁਜ਼ਾਕਰਾਤ ਬਰਾਬਰ ਵਾਲਿਆਂ ਨਾਲ ਹੁੰਦੇ, ਅਸੀਂ ਤੈਨੂੰ ਸ਼ਹਿਜ਼ਾਦਾ ਸਲੀਮ ਤੇ ਮਿਰਜ਼ੇ ਨਿਜ਼ਾਮਦੀਨ ਦੀ ਸਿਫਾਰਿਸ਼ ਤੇ ਜੋ ਚਾਹਵੇਂ ਤੈਨੂੰ ਦੇ ਸਕਨੇ ਆ। ਅਸੀਂ ਤੈਨੂੰ ਸੂਬਾ ਲਾਹੌਰ ਤੇ ਸੂਬਾ ਮੁਲਤਾਨ ਦਾ ਗਵਰਨਰ ਜਨਰਲ ਬਣਾਉਂਦੇ ਹਾਂ, ਪਰ ਦੇਵਸ ਤੈਨੂੰ ਸਾਡਾ ਕਾਨੂੰਨ ਮੰਨਣਾ ਪਏਗਾ ਤੇ ਸਾਡੇ ਅੱਗੇ ਸਿਰ ਝੁਕਾਉਣਾ ਪਏਗਾ। ਔਰ ਸਿਰ ਕੀ ਸਜਦਾ ਸੀ ਉਹ ਦੀਨੇ ਇਲਾਹੀ ਹੈ ਹੀ ਸਜਦਾ ਸੀ, ਉਹ ਵੀ ਤੇ ਗੋ ਦੁੱਲਾ ਪੱਟੀ ਸੀ, ਉਹਨੇ ਦੁੱਲੇ ਪੱਟੀ ਨੇ ਸਿਰ ਵੀ ਨਹੀਂ ਸੀ ਝੁਕਾਉਣਾ। ਉਹ ਗੋ ਬੋਲਿਆ ਉਹਨੇ ਕਿ ਓਏ ਬਾਦਸ਼ਾਹ, ਓਏ ਬਾਦਸ਼ਾਹ, ਓਏ ਬਾਦਸ਼ਾਹ, ਵਾਹ ਕਿੰਨਾ ਕੁ ਦੁਰਾਨੀਆਂ ਰੱਖਣਾ। ਲੋ ਜੀ ਭੈਣ ਜੀ, ਅੱਜ ਮੁਨਫਰਿਦ ਸ਼ੋਅ ਤੁਸੀਂ ਕੀਤਾ ਜੀ, ਜ਼ਬਰਦਸਤ। ਆਈ ਤੱਕ ਦੁੱਲੇ ਭੱਟੀ ਦੀ ਹਿਸਟਰੀ ਤੇ ਇੰਜ ਦਾ ਸ਼ੋਅ ਨਹੀਂ ਜਾਏਗਾ, ਔਰ ਅੱਜ ਦੀ ਡਿਟੇਲ ਜਿਹੜਾ ਜਿਹੜਾ ਸੁਣੂਗਾ ਉਹਨੂੰ ਡਿਟੇਲ ਸਮਝ ਆ ਜਾਏਗੀ ਕਿ ਡਿਟੇਲ ਹੈ ਕੀ। ਲਓ ਜੀ ਸ਼ੁਰੂ ਕਰ ਦੀ ਜੀ। ਹਾਂਜੀ ਬਿਲਕੁਲ, ਕਲੋਜ਼ਿੰਗ ਕਰ ਰਹੇ। ਦੇਖੋ ਜੀ, ਉਹ ਵਕਤ ਦਾ ਬਾਦਸ਼ਾਹ, ਉਹਨੂੰ ਉਹ ਹੀ ਕਮਾਂਡੇ ਕਿ ਮੈਂ ਸ਼ਹਿਨਸ਼ਾਹ ਹਿੰਦੁਸਤਾਨ ਹਾਂ, ਜਲਾਲੋਦੀਨ ਅਕਬਰ ਹਾਂ, ਔਰ ਜ਼ਿਲ੍ਹੇ ਇਲਾਹੀ ਹਾਂ। ਆਪ ਬੁਲਾਉਂਦਾ ਉਹਦਾ ਰਤਨ ਜਿਹੜਾ ਬੁਲ ਫਜ਼ਲ ਮੁਜ਼ਾਕਰਾਤ ਲਈ, ਤੇ ਬਾਦਸ਼ਾਹ ਉਹਨੂੰ ਕਹਿੰਦਾ ਕਿ ਨਹੀਂ ਭਾਈ ਤੂੰ ਮੇਰੇ ਜੋੜਦਾ ਨਹੀਂ। ਤੇ ਇਹ ਗੱਲ ਜਿਹੜੀ ਹੈ ਉਹਦੇ ਵੀ ਦਿਲ 'ਤੇ ਲੱਗ ਜਾਂਦੀ ਜਾਂਦੀ ਕਿ ਜੇ ਤੂੰ ਮੈਨੂੰ ਬਰਾਬਰ ਦਾ ਗੱਲਬਾਤ ਵਿੱਚ ਵੀ ਨਹੀਂ ਸਮਝਦਾ ਤਾਂ ਜਾ ਭਾਈ, ਫਿਰ ਮਿਲਾਂਗੇ ਤੈਨੂੰ ਜੰਗ ਦੇ ਵਿੱਚ। ਬਿਲਕੁਲ ਇਸੇ ਤਰ੍ਹਾਂ ਹੀ ਹੋਇਆ। ਉਸ ਆਖਿਆ ਸਾਡੇ ਅੱਗੇ ਸਿਰ ਚੁਕਾ, ਤੈਨੂੰ ਸੂਬਿਆਂ ਦਾ ਅਸੀਂ ਗਵਰਨਰ ਜਨਰਲ ਬਣਾ ਦਿੰਦੇ ਹਾਂ, ਪਰ ਇਹਦੇ ਵਿੱਚ ਤੈਨੂੰ ਸਾਡਾ ਕਾਨੂੰਨ ਮੰਨਣਾ ਪਏਗਾ ਤੇ ਸਾਡੇ ਸਾਹਮਣੇ ਸਿਰ ਚੁਕਾਉਣਾ ਪਏਗਾ। ਦੁੱਲੇ ਨੇ ਆਖਿਆ ਓਏ ਬਾਦਸ਼ਾਹ, ਓਏ ਬਾਦਸ਼ਾਹ, ਇਹ ਸਿਰ ਸਿਰਫ ਸੋਹਣੇ ਰੱਬ ਦੇ ਹਜ਼ੂਰ ਚੁੱਕਦਾ ਈ ਤੇ ਕਾਨੂੰਨ ਕਾਲੀ ਕਮਲੀ ਵਾਲੇ ਦਾ ਮੰਨਦਾ ਈ ਮੰਨਦਾ ਈ। ਉਹਨੇ ਆਖਿਆ ਜਿਹੜਾ ਸਾਡੇ ਸਾਹਮਣੇ ਸਿਰ ਨਾ ਚੁੱਕੇ, ਅਸੀਂ ਉਹਨੂੰ ਵੱਢ ਕੇ ਸ਼ਾਹੀ ਕਿਲੇ ਦੇ ਬੁਰਜ ਨਾਲ ਲਟਕਾ ਦੇਣਾ। ਉਸ ਆਖਿਆ ਓਏ ਬਾਦਸ਼ਾਹ, ਅਸੀਂ ਉਸ ਹਸਤੀ ਨੂੰ ਮੰਨਣ ਵਾਲੇ ਹਾਂ ਜਿਨ੍ਹਾਂ ਨੇ ਹੱਕ ਦੀ ਖਾਤਰ ਕਰਬਲਾ ਦੇ ਵਿੱਚ ਸਿਰ ਦਿੱਤਾ ਸੀ। ਉਸ ਆਖਿਆ ਓਏ ਹੱਕ ਤੇ ਬਾਤਲ ਦੀ ਜੰਗ ਸੀ, ਆਖਿਆ ਇਹ ਜ਼ਾਲਮ ਤੇ ਮਜ਼ਲੂਮ ਦੀ ਜੰਗ, ਇਹ ਜਬਰ ਤੇ ਸਬਰ ਦੀ ਜੰਗ ਏ। ਬੱਲੇ ਬੱਲੇ ਉਹਨੇ ਆਖਿਆ ਹੱਦੇ ਅਦਬ ਦੁੱਲਿਆ, ਤੂੰ ਸਾਡੇ ਕਈ ਕਾਫਲੇ ਲੁੱਟੇ ਤੇ ਕਈ ਸਰਦਾਰ ਮਾਰੇ ਨੇ। ਉਹਨੇ ਆਖਿਆ ਓਏ ਬਾਦਸ਼ਾਹ, ਤੂੰ ਕਈਆਂ ਭੈਣਾਂ ਦੇ ਭਰਾ ਮਾਰੇ ਨੇ। ਉਹਨੇ ਆਖਿਆ ਕਾਜ਼ੀ ਜੀ, ਹੁਣ ਬਰਦਾਸ਼ਤ ਨਹੀਂ ਹੁੰਦਾ, ਇਹਦੀ ਕਿਸਮਤ ਦਾ ਫੈਸਲਾ ਸੁਣਾਇਆ ਜਾਏ। ਕਾਜ਼ੀ ਨੇ ਆਖਿਆ ਨਾਮ ਅਬਦੁੱਲਾ ਭੱਟੀ ਪਿਸਰੇ ਗੁਲਾਮ ਫਰੀਦ ਭੱਟੀ ਨੂੰ ਸਰਕਾਰੀ ਖਜ਼ਾਨੇ ਲੁੱਟਣ ਤੇ ਜਰਨੈਲ ਕਤਲ ਕਰਨ ਦੇ ਜੁਰਮ ਵਿੱਚ ਸਜ਼ਾਏ ਮੌਤ ਦਾ ਹੁਕਮ ਸੁਣਾਇਆ ਜਾਂਦਾ ਹੈ। ਅਮਲ ਦਰਾਮਦ ਸਜ਼ਾ 26 ਮਾਰਚ 1579 ਦਿੱਲੀ ਦਰਵਾਜ਼ਾ, ਮੈਦਾਨੀ ਨਖਾਸ, ਦਿੱਲੀ ਦਰਵਾਜ਼ਾ ਯਾਨੀ ਕਿ ਘੋੜਾ ਮੰਡੀ, ਉਹਦੇ ਵਿੱਚ ਦੁੱਲੇ ਭੱਟੀ ਫਾਂਸੀ ਦਾ ਦਿੱਤੀ ਗਈ, ਔਰ ਫਾਂਸੀ ਦਾ ਜਿਹੜਾ ਵੇਲਾ ਸੀ ਉਹਦੇ ਨਾਲੋਂ ਤਾਰੀਖ ਦੱਸਦੀ ਹੈ ਕਿ ਬਹੁਤ ਮਤਲਬ ਕਿ 11-12 ਦਾ ਟਾਈਮ ਸੀ ਤਾਂ ਕਿ ਲੋਕ ਵੇਖਣ, ਕਿਉਂਕਿ ਇਹ ਉਹ ਲੋਕ ਸਨ ਜਿਹੜੇ ਲਾਸ਼ਾਂ ਟੰਗ ਦਿੰਦੇ ਸਨ, ਲੋਕ ਵੇਖਣ ਚੌਕ 'ਚ ਫਾਂਸੀ ਲਾਣੀ, ਲੋਕਾਂ 'ਚ ਡਰ ਪੈਦਾ ਹੋ ਗਿਆ। ਲੇਕਿਨ ਦੁੱਲੇ ਭੱਟੀ ਦੀ ਫਾਂਸੀ ਅਨਾਊਂਸਮੈਂਟ ਹੋਈ ਤੇ ਸ਼ਾਹ ਹੁਸੈਨ ਦੀ ਧਮਾਲ ਲਾਹੌਰ ਦੇ ਵਿੱਚ, ਸ਼ਾਹ ਹੁਸੈਨ ਨੇ ਗਲੀ ਗਲੀ ਧਮਾਲ ਪਾਈ, ਔਰ ਲੋਕਾਂ ਨੂੰ ਉਸ ਵਕਤ ਦਾ ਮੀਡੀਆ ਸ਼ਾਹ ਹੁਸੈਨ ਬਣ ਗਿਆ। ਤਾਰੀਖ ਦੱਸਦੀ ਹੈ ਕਿ ਲੋਕ ਨਾਲ ਬਿਸਤਰੇ ਲੈ ਕੇ ਤੇ ਮੋਚੀ ਦਰਵਾਜ਼ੇ ਦੇ ਸੱਜੇ ਖੱਬੇ ਬਹਿ ਗਏ, ਜਿੱਥੇ ਦੁੱਲੇ ਭੱਟੀ ਨੂੰ ਫਾਂਸੀ ਲੱਗੀ, ਦਿੱਲੀ ਦਰਵਾਜ਼ੇ ਦੇ ਸਾਹਮਣੇ। ਬਿਲਕੁਲ ਜੀ, ਦਿੱਲੀ ਦਰਵਾਜ਼ੇ ਦੇ ਸਾਹਮਣੇ ਬਹਿ ਗਏ, ਔਰ ਇੱਕ ਵੱਡਾ ਇਕੱਠ ਹੋ ਗਿਆ। ਇਸ ਇਕੱਠ ਦੇ ਵਿੱਚ ਅਕਸੇ ਅਮਨ ਦਾ ਖਤਰਾ ਪੈ ਗਿਆ। ਅਬੁਲ ਫਜ਼ਲ ਨੇ ਮੋਹਰੀਆਂ ਨੂੰ ਬੁਲਾ ਕੇ ਆਖਿਆ ਕਿ ਅਕਬਰ ਬਾਦਸ਼ਾਹ ਦਾ ਹੁਕਮ ਹੈ ਕਿ ਦੁੱਲੇ ਭੱਟੀ ਨੂੰ ਫਾਂਸੀ ਉਹਦੇ ਵੇਲੇ 'ਤੇ ਨਾ ਦਿੱਤੀ ਜਾਏ, ਬਲਕਿ ਜਦੋਂ ਸੁਬਾਹ ਦੀ ਅਜ਼ਾਨ ਹੋਵੇ, ਜਦੋਂ ਪਹਿਲਾ ਅੱਲਾਹ ਅਕਬਰ ਆਵੇ, ਉਧਰ ਮੁਸਲਮਾਨ ਜਮਾਤ ਲਈ ਖਲੋਣ, ਇਹਨੂੰ ਫਾਂਸੀ ਦੇ ਦਿਓ ਤਾਂ ਕਿ ਦਰ ਤੇ ਆਣੀ ਨਾ ਕਿਸੇ ਦਾ ਹੋਵੇ ਰਵੇ। ਔਰ ਇਸੇ ਤਰ੍ਹਾਂ ਹੀ ਕੀਤਾ ਗਿਆ, ਔਰ ਦੁੱਲੇ ਭੱਟੀ ਨੂੰ ਫਾਂਸੀ ਦੇ ਦਿੱਤੀ ਗਈ, ਔਰ ਉਹਨੂੰ ਮਿਆਣੀ ਸਾਹਿਬ ਕਬਰਸਤਾਨ ਦੇ ਵਿੱਚ ਮੁਸਲਮਾਨਾਂ ਦੀ ਰਸਮਾਂ ਦੇ ਮੁਤਾਬਕ ਦਫਨਾ ਦਿੱਤਾ ਗਿਆ। ਵਾਹ ਜੀ ਵਾਹ। ਔਰ ਜਿਨ੍ਹਾਂ ਨੇ ਦੁੱਲੇ ਭੱਟੀ ਦਾ ਜਨਾਜ਼ਾ ਪੜਿਆ, ਉਹਨਾਂ ਦਾ ਨਾਂ ਸੀ ਇਮਾਮ ਦੀਨ।
ਇੱਕ ਤੇ ਇਮਾਮਦੀਨ ਗੁਆਵੀਆ ਹੋਇਆ ਹੈ ਨਾ, ਹਾਂ ਜੀ ਉਹ ਤਾਂ ਬਹੁਤ, ਇਹ ਵੀ ਗੁਆਵੀਆ ਪਿੰਡ ਦਾ ਹੀ ਸੀ ਜਿਹੜਾ ਲਾਹੌਰ ਦੇ ਨਾਲ ਸੀ, ਉਹਦਾ ਨਾਂ ਸੀ ਇਮਾਮਦੀਨ ਜਿਹਨੇ ਦੁੱਲੇ ਪੱਟੀ ਦਾ ਜਨਾਜ਼ਾ ਪੜ੍ਹਿਆ। ਔਰ ਉਹਨੇ ਜਨਾਜ਼ਾ ਜਦੋਂ ਦੁੱਲੇ ਪੱਟੀ ਦਾ ਪੜ੍ਹਿਆ ਤੇ ਉਹਦਾ ਜਨਾਜ਼ੇ ਤੋਂ ਬਾਅਦ ਉਹ ਰੋ ਰਿਹਾ ਸੀ। ਉਹਦੇ ਕੋਲ ਲੋਕਾਂ ਨੇ ਪੁੱਛਿਆ, ਉਹਨੇ ਕਿਹਾ ਯਾਰ ਇਮਾਮਦੀਨ ਤੂੰ ਕਿਉਂ ਰੋ ਰਿਹਾ? ਉਹਨੇ ਕਿਹਾ ਮੈਂ ਰੋ ਇਸ ਵਾਸਤੇ ਰਿਹਾ ਕਿ ਅੱਲਾ ਨੇ ਮੇਰੀ ਏਡੇ ਅੱਛੇ ਨਸੀਬ ਲਿਖੇ ਸਨ ਕਿ ਮੈਂ ਇੱਕ ਸ਼ਹੀਦ ਦਾ ਜਨਾਜ਼ਾ ਪੜ੍ਹ ਰਿਹਾ, ਮੇਰੇ ਏਡੇ ਨਸੀਬ ਅੱਛੇ ਲਿਖੇ ਸਨ ਕਿ ਮੈਂ ਇੱਕ ਸ਼ਹੀਦ ਦਾ ਜਨਾਜ਼ਾ। ਔਰ ਮੇਰਾ ਅੱਬਾ ਦੱਸਦਾ ਸੀ ਕਿ ਉਹਨੇ ਉਸ ਤੋਂ ਬਾਅਦ ਜਨਾਜ਼ਾ ਕਿਸੇ ਦਾ ਨਹੀਂ ਪੜ੍ਹਾਇਆ। ਉਹਨੇ ਕਿਹਾ ਮੇਰੀ ਤਖਤੀ ਪੂਰੀ ਹੋ ਗਈ। ਬਹੁਤ ਅੱਛਾ। ਤੇ ਅੱਜ ਉਹ ਮਿਆਣੀ ਸਾਹਿਬ ਕਬਰਸਤਾਨ ਮੌਜੂਦ ਹੈ, ਬਲਕਿ ਤੁਹਾਡੇ ਕੋਲ ਤੇ ਉਹ ਸਾਰੀਆਂ ਚੀਜ਼ਾਂ ਵੀ ਨੇ, ਬਲਕਿ ਤੁਸੀਂ ਮੇਰੇ ਉਹਨਾਂ ਬਜ਼ੁਰਗਾਂ 'ਚ ਸ਼ਾਮਿਲ ਹੋ। ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ, ਕਿ ਜਿਹੜੇ ਤੁਸੀਂ ਇੱਕ ਪੰਜਾਬ ਦੀ ਗੱਲ ਲੈ ਕੇ ਤੁਰੇ ਹੋ, ਔਰ ਤੁਹਾਡੇ ਕੋਲ ਸਾਰੀ ਤਾਰੀਖ ਹੈ, ਤੇ ਉਹ ਤੁਸੀਂ ਹੁਣ ਰਲ ਮਿਲ ਕੇ ਸਾਰੇ ਕੋਸ਼ਿਸ਼ ਕਰੋ ਕਿ ਦੁੱਲੇ ਪੱਟੀ ਦਾ ਰੌਣਕਾਂ ਲੱਗਣਗੀਆਂ, ਕੋਈ ਮਜ਼ਾਰ ਬਣ ਜਾਏ, ਕੁਛ ਨਾ ਕੋਈ ਐਸਾ ਮਕਬਰਾ ਬਣ ਜਾਏ ਕਿ ਜਿੱਥੇ ਸਾਨੂੰ ਜਾ ਕੇ ਫਖਰ ਹੋਵੇ ਕਿ ਯਾਰ ਅਗਰ ਇਹ ਨਾ ਹੁੰਦਾ ਤਾਂ ਪੰਜਾਬ ਦੀ ਅੱਜ ਅਣਖ ਨਾ ਹੁੰਦੀ। ਬਹੁਤ ਸੋਹਣੀ ਗੱਲ ਕੀਤੀ ਹੈ ਜੀ, ਤੁਸਾਂ ਪੂਰਾ ਕਿੱਸਾ ਦੁਬਾਰਾ ਅੱਜ ਤੁਹਾਡੇ ਸਾਹਮਣੇ ਪੇਸ਼ ਕੀਤਾ ਫਜ਼ਲ ਜੱਟ ਸਾਹਿਬ ਨੇ, ਵਿੱਚ ਕਹਾਣੀ ਵੀ ਦੱਸੀ ਹੈ, ਬੋਲ ਵੀ ਸੁਣਾਏ ਨੇ। ਅੱਜ 26 ਮਾਰਚ ਸਾਡੇ ਪੂਰੀ ਦੁਨੀਆ ਦੇ ਵਿੱਚ ਦੁੱਲਾ ਪੱਟੀ ਸ਼ਹੀਦ ਦਾ ਸ਼ਹੀਦੀ ਦਿਹਾੜ ਮਨਾਇਆ ਜਾ ਰਿਹਾ ਹੈ, ਅਤੇ ਨਾਲ ਹੀ ਅਸੀਂ ਇਹ ਵੀ ਮੰਗ ਆਪਣੀ ਸਰਕਾਰ ਅੱਗੇ ਕਰਨੇ ਹਾਂ ਕਿ ਇਹ ਅੱਗੇ ਹੀ ਇਹ ਜਗ੍ਹਾ ਜਿਹੜੀ ਹੈ ਦੁੱਲਾ ਪੱਟੀ ਸ਼ਹੀਦ ਦੇ ਮਜ਼ਾਰ ਦੀ ਮਨਜ਼ੂਰ ਸ਼ੁਦਾ ਹੈ, ਕੋਈ ਨਵੀਂ ਗੱਲ ਕੋਈ ਨਹੀਂ, ਸਿਰਫ ਤੁਸੀਂ ਮਿਹਰਬਾਨੀ ਕਰਨੀ ਹੈ ਇੱਥੇ ਮਜ਼ਾਰ ਬਣਾਉਣਾ, ਤਾਂ ਕਿ ਬਾਹਰੋਂ ਆਉਣ ਵਾਲੇ ਦੂਰੋਂ ਆਉਣ ਵਾਲੇ ਇੱਕ ਸ਼ਹੀਦ ਦੇ ਸ਼ਾਨੇ ਸ਼ਾਨ ਮਜ਼ਾਰ ਇੱਥੇ ਹੋਵੇ, ਅਤੇ ਉਹ ਸਲੂਟ ਪੇਸ਼ ਕਰਨ, ਸਲਾਮੀ ਪੇਸ਼ ਕਰਨ ਇਸ ਧਰਤੀ ਦੇ ਜੰਮੇ ਜਾਏ ਦੁੱਲੇ ਪੱਟੀ ਨੂੰ, ਜਿਹਨੇ ਇੱਕ ਹੀ ਸ਼ਾਹ ਹੁਸੈਨ ਦਾ ਸ਼ੇਰ ਸੁਣਿਆ ਸੀ ਕਿ ਕਹੇ ਹੁਸੈਨ ਫਕੀਰ ਸਾਈਂ ਦਾ ਤਹਿਤ ਨਾ ਮਿਲਦੇ ਮੰਗੇ। ਅਤੇ ਅਸੀਂ ਇਸ ਤਰ੍ਹਾਂ ਗੱਲਾਂ ਨਾਲ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਮੈਂ ਵਾਂ ਇਲਿਆਸ ਘੁੰਮਣ, ਅਤੇ ਮੇਰੇ ਨਾਲ ਸਨ ਜਨਾਬ ਫਜ਼ਲ ਜੱਟ ਸਾਹਿਬ, ਅਤੇ ਅਸੀਂ ਪਿਲਾਕ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਡਾਕਟਰ ਸੁਖਰਾ ਸਦਰ ਸਾਹਿਬ ਦੇ ਸਾਹਿਬਾਂ ਦੇ ਨਾਲ। ਮੈਂ ਪੰਨਾ ਦਿੱਲੀ ਦੇ ਕਿੰਗਰੇ ਉਹਦਿਆਂ ਸ਼ੱਕਰ ਵਾਂਗਰ ਪੋਰ, ਓ ਬੰਨਾ ਅਕਬਰ ਦੀਆਂ ਓਏ ਰਾਣੀਆਂ, ਲਿਆਵਾਂ ਡੰਗਰਾਂ ਵਾਂਗਰ ਟੋਰ।